ਬੀਤੇ ਦਿਨੀ ਭਾਈ ਵਰਜਿੰਦਰ ਸਿੰਘ ਪਰਵਾਨਾ ਨੂੰ ਜ਼ਮਾਨਤ ਮਿਲੀ ਹੈ ਜ਼ਮਾਨਤ ਕਿਹੜੇ ਕੇਸਾਂ ਦੇ ਵਿੱਚ ਮਿਲੀ ਹੈ ਕਿਉਂਕਿ ਪਟਿਆਲਾ ਵਾਇਲੈਂਸ ਕੇਸ ਦੇ ਵਿੱਚ ਉਹਨਾਂ ਨੂੰ ਪਹਿਲਾਂ ਤੁਸੀਂ ਜ਼ਮਾਨਤ ਮਿਲ ਚੁੱਕੀ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇੱਕ ਕਪੂਰਥਲੇ ਬੇਅਤਵੀਦੀ ਘਟਨਾਵਾਲਾ ਵੀ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ 22 April ਨੂੰ ਇੱਕ ਉਸ ਗਰੁੱਪ ਸ਼ਿਵ ਸੈਨਾ ਗਰੁੱਪ ਸਾਡਾ ਪੰਜਾਬ ਦਾ ਹੀ ਸਮਝ ਲੋ ਅਸੀਂ ਸਾਰੇ ਰਹਿਣ ਵਾਲੇ ਹਾਂ ਪਰ ਉਹਨਾਂ ਨੇ ਇੱਕ ਇਸ਼ਤਿਹਾਰ ਲਗਾਇਆ ਅਰਜੀਤ ਸਿੰਘ ਲਵਾਂ ਕੋਰਟ ਦੇ ਵਿੱਚ ਮਾਨਯੋਗ ਕੋਰਟ ਚ ਵੀ ਆਪ੍ਰਾਈਜ਼ ਕਰਵਾਇਆ ਹੈ ਉਹਨਾਂ ਨੇ ਇਸ਼ਤਿਹਾਰ ਲਵਾਇਆ ਕਿ ਜੀ ਅਸੀਂ ਖਾਲਸਤਾਨ ਵਿਰੋਧੀ ਵਿਰੋਧੀ ਅਸੀਂ 1 ਮਾਰਚ ਕੱਢਣਾ 29 ਅਪਾਂ ਉਹਨਾਂ ਨੇ ਆਪਣੇ ਵੱਲੋਂ ਇਸ਼ਤਿਹਾਰ ਜਿਹੜਾ ਸੀ ਉਹਨੂੰ ਪਬਲਿਕ ਕੀਤਾ ਇਸ਼ਤਿਹਾਰ ਜਿਹੜਾ ਸੀ ਉਹ ਸਾਰੇ ਪਟਿਆਲੇ ਸ਼ਹਿਰ ਦੇ ਵਿੱਚ ਲਗਾਈ ਪਰਜਿੰਦਰ ਸਿੰਘ ਪਰਵਾਨਾ ਅਗਵਾਈ ਕਰਦੇ ਹੋਏ ਸਾਰੀ ਇੱਕ ਵਫ਼ਦ ਲੈ ਕੇ ਮਾਨਯੋਗ ਉਸ ਸਮੇਂ ਦੇ ਐਸਐਸਪੀ ਨਾਨਕ ਸਿੰਘ ਆਈਜੀ ਸਾਹਿਬ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਜਾ ਕੇ ਪ੍ਰਾਈਜ਼ ਕਰਵਾਇਆ ਔਰ ਉਹਦੇ ਤੇ ਮੰਗ ਕੀ ਕੀਤੀ ਕਿ ਇਹ ਜਿਹੜਾ ਮਾਰਚ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ ਕਾਲੀ ਮਾਤਾ ਮੰਦਿਰ ਦੇ ਵਿੱਚ ਵੀ ਸੰਗਤ ਇਕੱਠੀ ਹੋ ਗਈ ਇੱਧਰ ਸ਼੍ਰੀ ਦੁਖਨਵਰਨ ਸਾਹਿਬ ਵੀ ਸੰਗਤ ਇਕੱਠੀ ਸੀ ਨਾ 77 ਨੰਬਰ ਕਿਸੇ ਪਰਚੇ ਦੇ ਵਿੱਚ ਭਾਈ ਪਰਜੰਦਰ ਸਿੰਘ ਪਰਵਾਨੇ ਦਾ ਨਾਮ ਜ਼ਿਕਰ ਨਹੀਂ ਸੀ ਔਰ ਸੀਸੀਟੀਵੀ ਫੁਟੇਜ ਵੀ ਇਸ ਗੱਲ ਦੀ ਗਵਾਹ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਹਨਾਂ ਨੇ ਸ੍ਰੀ ਗੁਰਦੁਆਰਾ ਦੁਖਨਵਰ ਸਾਹਿਬ ਆ ਕੇ ਸੰਗਤ ਨੂੰ ਪਾਠ ਜਪਾਇਆ ਆਪ ਵੀ ਪਾਠ ਕੀਤਾ 3 ਤਰੀਕ ਨੂੰ ਭਾਈ ਬਰਜਿੰਦਰ ਸਿੰਘ ਪਰਮਾਨੇ ਨੂੰ ਮੋਹਾਲੀ 에ਰਪੋਰਟ ਦੇ ਉੱਪਰ ਰਸਕੀਤਾ ਜਾਂਦਾ ਹੈ 29 ਨੂੰ ਨਾਮਜ਼ਦ ਕੀਤਾ ਜਾਂਦਾ ਹੈ ਔਰ ਇੱਥੇ ਇੱਕ ਇੱਕ ਆ ਕੇ ਬਹੁਤ ਵੱਡੀ ਖਾਨੀ ਵਾਲੀ ਗੱਲ ਹੋਈ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪੁਲਿਸ ਦੇ ਅਫਸਰਾਂ ਵੱਲੋਂ ਔਰ ਉਸ ਪ੍ਰੈਸ ਕਾਨਫਰੰਸ ਕੀ ਕਿਹਾ ਜਾਂਦਾ ਹੈ ਕਿ ਇਹ ਘਟਨਾ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਬਰਜਿੰਦਰ ਸਿੰਘ ਪਰਮਾਨੇ ਐਫ ਆਈ ਆਰਸ ਰਜਿਸਟਰਡ ਹੋਈਆਂ ਆ ਰੀ ਸਿੰਘਲੇ ਦੇ ਖਿਲਾਫ ਵੀ ਹੋਈ ਹੋਰ ਵੀ ਲੋਕਾਂ ਦੇ ਖਿਲਾਫ ਹੋਈਆਂ ਪਰ ਤੁਸੀਂ ਉਹਨਾਂ ਨੂੰ ਕਿਸ ਕਿਸ ਬੇਸ ਦੇ ਉੱਪਰ ਆਪਾਂ ਇਹ ਗੱਲ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਭਾਈ ਪਰਜੇਂਦਰ ਸਿੰਘ ਪਰਮਾਨਾ ਉਹ ਇਸ ਚੀਜ਼ ਦਾ ਮੁੱਖ ਦੋਸ਼ੀ ਉਸੇ ਦਿਨ ਹੀ ਪਤਾ ਲੱਗਿਆ ਕਿ ਪ੍ਰੋਡਕਸ਼ਨ ਵਾਰੰਟ ਤੇ ਕਪੂਰਥਲਾ ਪੁਲਿਸ ਉਹਨਾਂ ਨੂੰ ਆਕੇ ਲੈ ਗਈ ਮੌਬਜਦੋਂ ਕੋ ਕਿ ਮੌਬ ਦੇ ਮਨ ਦੇ ਵਿੱਚ ਨਾਰਾਜ਼ਗੀ ਰੋਜ਼ ਸੀ ਵੀ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਲੱਗਾ ਸੀ ਕਰਨ ਤਾਂ ਨੋ ਡਾਊਟ ਉਸ ਬੰਦੇ ਦੀ ਮੌਤ ਇੱਕ ਮੌਤ ਹੋ ਗਈ ਜਾਪ ਪੁਲਿਸ ਨੂੰ ਨਹੀਂ ਪਤਾ ਲੱਗਿਆ ਕਿ ਜਿਵੇਂ ਜਿਵੇਂ ਵਕੀਲ ਸਾਹਿਬ ਨੇ ਜਦੋਂ ਮੇਲ ਪਾਈ ਉਦੋਂ ਉਹਨਾਂ ਨੂੰ ਪਤਾ ਲੱਗਦਾ ਪਰ ਜਿਹੜੀ ਉਹ ਆਪ ਇਨਵੈਸਟੀਗੇਸ਼ਨ ਕਰ ਰਹੇ ਸੀ ਕਿ ਉਸ ਦੇ ਵਿੱਚ ਨਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਬਰਜਿੰਦਰ ਸਿੰਘ ਪਰਵਾਨਾ ਉੱਥੇ ਮੌਜੂਦ ਸਨ ਜਾਂ ਨਹੀਂ ਇੱਕ ਵਕੀਲ ਉਸ ਸ਼ਿਵਸਾਨਾ ਗਰੁੱਪ ਨੂੰ ਜਿਹੜਾ ਰਿਪ੍ਰੀਜ਼ੈਂਟ ਕਰਦਾ ਹੈ ਉਹਨੂੰ 29 April ਨੂੰ ਇੱਕ ਮੇਲ ਸਿੱਦਕਪੂਰਥਲਾ ਪੁਲਿਸ ਨੂੰ ਪਾਉਂਦਾ ਹੈ ਕਪੂਰਥਲਾ ਪੁਲਿਸ ਨੂੰ ਕਹਿੰਦਾ ਕੀ ਹੈ ਕਿ ਜੀ ਤੁਸੀਂ ਭਾਈ ਬਰਜਿੰਦਰ ਸਿੰਘ ਪਰਵਾਨਾ ਜਿਹੜਾ ਇਹ ਕਾਲੀ ਮਾਤਾ ਮੰਤਰ ਦੇ ਵਿੱਚ ਵੀ ਇਹਦਾ ਮੁੱਖ ਰੋਲ ਸੀ ਤੇ ਜਿਹੜੇ ਅੱਜ ਤੋਂ 5 ਮਹੀਨੇ ਪਹਿਲਾਂ ਘਟਨਾ ਵਾਪਰੀ ਸੀ ਉਹਦੇ 'ਚ ਵੀ ਇਹਦਾ ਐਮ ਰੋਲ ਸੀ ਪਟਿਆਲਾ ਵਾਇਲੈਂਸ ਕੇਸ ਸੀ ਹਰੀ ਸਿੰਘਲਾ ਦੇ ਬਰਾਬਰ ਹੀ ਜਿਹੜੀ ਜ਼ਮਾਨਤ ਹੈ ਉਹ ਵਰਜਿੰਦਰ ਸਿੰਘ ਪਰਵਾਨਾ ਜੀ ਨੂੰ ਮਿਲ ਚੁ ਪੰਜਾਬ ਪੁਲਿਸ ਨੇ ਕੀ ਕੀਤਾ ਕਿ ਇਹਨੂੰ ਸਿਰਫ ਏਸ ਕਰਕੇ ਵੀ ਇਹਨੂੰ ਕੰਪਲਿਕੇਟ ਕਰ ਦਈਏ ਜਾਂ ਇਹਨੂੰ ਹੋਰ ਕੇਸਾਂ 'ਚ ਫਸਾਇਆ ਜਾਵੇ ਜਾਨ ਬੁੱਝ ਕੇ 302 ਦੇ ਕੇਸ ਦੇ ਵਿੱਚ ਤੱਕ ਇਹ ਜਿਹੜੀ ਚੰਗਿਆੜੀ ਸੀ ਉਹ ਲਈ ਤਾਂ ਹਰੀ ਸਿੰਘਲਾ ਸੀ ਮਾਣ ਜੋ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਜਾਂ ਡੀਜੀਪੀ ਸਾਹਿਬ ਨੂੰ ਅਪੀਲ ਹੈ ਕਿ ਐਟਲੀਸਟ ਜਿੰਨੇ ਵੀ ਤੁਸੀਂ ਰਿਪਰੈਜ਼ੈਂਟ ਕਰੋ ਕੋਈ ਇਸ ਤਰੀਕੇ ਦਾ ਆਪਾਂ ਬਿਲ ਲਈਏ ਕਿ ਜਿਹਦੇ ਨਾਲ ਐਟਲੀਸਟ ਕੋਈ ਬੰਦਾ ਜਾ ਤੱਕ ਨਾ ਕਰਨ ਦੀ ਸੋਚੇ ਕਿ ਮੈਂ ਇਹ ਵੀ ਚੀਜ਼ ਜੜੀਏ ਕਰ ਸਕਦਾ ਕੀ ਹੁਣ ਜਿਹੜੀਆਂ ਘਟਨਾਵਾਂ ਵੱਟੀਆਂ ਵਾਪਰੀਆਂ ਨੇ ਪੰਜਾਬ ਚ ਕੀ ਉਹਨਾਂ ਚ ਕਿਤੇ ਲਾਇਸੈਂਸ ਹੋਲਡਰ ਬੰਦਿਆਂ ਦਾ ਕੋਈ ਹੈਗਾ ਕਿਤੇ ਕੋਈ ਭਾਵੇਂ ਸਿੱਧੂ ਮੂਸੇਵਾਲੇ ਦਾ ਮਾਮਲਾ ਹੈ ਹੋਰ ਮਾਮਲੇ ਪੰਜਾਬ ਦੇ ਵਿੱਚ ਹੋਏ ਨੇ ਭਾਵੇਂ ਉਹ ਆਪਣਾ ਕਾਲੇ ਆਂਬੀਆਂ ਦਾ ਕਿ ਸੰਦੀਪ ਕਾਲੇ ਅੰਬੀਆਂ ਵੀਰੇ ਦਾ ਵੈਪਨਸ ਕਿਹੜੇ ਯੂਜ਼ ਹੋਏ ਨੇ ਯੂਜ਼ ਹੋਏ ਨੇ ਰਸ਼ੀਅਨ ਵੈਪਨਸ ਉਹ ਵੈਪਨਸ ਜਿਹੜੇ ਇਲੀਗਲ ਵੈਪਨਸ ਕਹਿੰਦੇ ਨੇ ਜਾਂਚ ਕਰਨ ਦੀ ਲੋੜ ਤਾਂ ਸਾਨੂੰ ਉਹ ਇਲੀਗਲ ਵੈਪਨਸ ਦੀ ਸੀਗੀ ਅਸੀਂ ਕੀਤਾ ਕੀ ਉਧਰਲੇ ਪਾਸੇ ਕਾਰਵਾਈ ਪਾਈ ਨਹੀਂ ਜਿਹੜੇ ਲੋਕ ਲਾਇਸੈਂਸ ਹੋਲਡਰ ਹੈਗੇ ਨੇ ਆਪਾਂ ਉਹਨਾਂ ਦੀ ਰੀਐਸਸਮੈਂਟ ਹੁਣ ਪੁਲਿਸ ਨੇ ਇਹਨੇ ਪੰਜਾਬ ਸਰਕਾਰ ਨੇ ਕੀਤਾ ਕੀ ਇੱਕ 10 ਸਾਲ ਦੇ ਬੱਚੇ ਤੇ ਤਾਂ ਫਟਾਫਟ ਪਰਚਾ ਕਰਤਾ ਜਦੋਂ ਗੱਲ ਫਿਰ ਆਪਣੀ ਪੋਲਿਟਿਕਲ ਲੀਡਰਾਂ ਦੀ ਆਈ ਜਦੋਂ ਉਹ ਸੋਸ਼ਲ ਮੀਡੀਆ ਦੇ ਉੱਪਰ ਪਏ ਕਿਤੇ ਮੰਨ ਲਓ ਕੋਈ ਮਨਿਸਟਰ ਦੀ ਫੋਟੋ ਆ ਗਈ ਕਦੀ ਕਿਸੇ ਦੀ ਫੋਟੋ ਆ ਗਈ ਫਿਰ ਇਹਨਾਂ ਨੂੰ ਇਹ ਲੱਗਿਆ ਵੀ ਹੁਣ ਜੇ ਆਪਾਂ 10 ਸਾਲ ਦੇ ਬੱਚੇ ਤੇ ਪਰਚਾ ਦੇਤਾ ਤਾਂ ਫਿਰ ਪਰਚਾ ਤਾਂ ਹੀ ਲਾਉ ਤਾਂ ਸਾਰਿਆਂ ਲਈ ਬਰਾਬਰ ਹੈ ਮੈਂ ਜਿੰਨਾ ਆਈਪੀਸੀ ਸੀ ਆਰਪੀਸੀ ਪੜ੍ਹਿਆ ਉੱਥੇ ਕਿਤੇ ਇਹ ਨਹੀਂ ਲਿਖਿਆ ਕਿ ਮਨਿਸਟਰ ਲਈ ਕਾਨੂੰਨ ਆਏ ਐਮਐਲਏ ਲਈ ਆਏ ਡੀਸੀ ਸਾਹਿਬ ਲਈ ਆਏ ਐਸਐਸਪੀ ਸਾਹਿਬ ਲਈ ਆਏ ਕਿਤੇ ਨਹੀਂ ਉੱਥੇ ਸ਼ਬਦ ਕੀ ਹੈ 올 ਸਿਟੀਜ਼ਨਸ ਆਂ ਘਟਨਾਵਾਂ ਜਿਵੇਂ ਜਿਹੜੀ ਕਪੂਰਥਲੀ ਦੀ ਘਟਨਾ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹ ਜਿਹਈਆਂ ਘਟਨਾਵਾਂ ਦੇ ਪਿੱਛੇ ਜਿਹੜੀਆਂ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀਆਂ ਬੇਵੱਦੀਆਂ ਉਸ ਤੋਂ ਬਾਅਦ ਉਹਨਾਂ ਦਾ ਇਨਸਾਫ ਨਾ ਮਿਲਣਾ ਅਤੇ ਇਨਸਾਫ ਨਾ ਮਿਲਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਸੇ ਬੰਦੇ ਨੇ ਕੋਈ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਤਾਂ ਸਭ ਤੋਂ ਪਹਿਲਾਂ ਮੈਂ ਕਹਿਣਾ ਨਹੀਂ ਚਾਹੁੰਦਾ ਮੋਸਟਲੀ ਜਿੰਨੀ ਸਾਡੀ ਲੋਕਲ ਪੁਲਿਸ ਹੈ ਉਹਨਾਂ ਨੂੰ ਪੋਲੀਟੀਕਲ ਬੰਦੇ ਦਾ ਫੋਨ ਜਾਂਦਾ ਹੈ ਕਿ ਯਾਰੇ ਮੇਰਾ ਬੰਦਾ ਤੁਸੀਂ ਮੇ ਕਾਈਂਡਲੀ ਨਾ ਕੋਈ ਐਕਸ਼ਨ ਕਰੋ ਸਾਡੇ ਮੁਲਕ ਦੇ ਵਿੱਚ ਅਸੀਂ ਗੇੜ ਪੁੱਠਾ ਚੱਲਿਆ ਅਸੀਂ ਪਹਿਲਾਂ ਕੀ ਕਰਦੇ ਹਾਂ ਪਹਿਲਾਂ ਅਸੀਂ ਬੰਦੇ ਦੀ ਅਰੈਸਟ ਪਾਉਂਦੇ ਆ ਅਰੈਸਟ ਪਾਉਣ ਤੋਂ ਬਾਅਦ ਫਿਰ ਅਸੀਂ ਫਰਜ਼ ਕਰਦੇ ਹਾਂ ਪਰ ਸਾਰੇ ਇੱਥੇ ਆ ਕੇ ਰੂਟੀਨ ਚ ਲੋਕ ਕਰਉਂਦੇ ਨੇ ਕਿ ਜੀ ਮੈਨੂੰ ਸੀਆਈ ਸਟਾਫ ਮੇਰੇ ਕਰੰਟ ਲਾਤਾ ਜੀ ਮੇਰੇ ਫਲਾਣਾ ਕਰਤਾ ਮੈਨੂੰ ਆਹ ਥਾ ਡਿਗਰੀ ਟੌਰਚਰ ਮੈਨੂੰ ਇਹ ਲੱਗਦਾ ਵੀ ਇਹ ਚਿੰਚਾ ਕਦੋਂ ਸਰਕਾਰ ਬੱਚੇ ਤਾਂ ਭੱਜ ਰਹੇ ਨੇ ਕਿਉਂਕਿ ਇੱਥੇ ਕਿਸੇ ਵੀ ਚੀਜ਼ ਦੀ ਕੋਈ ਸ਼ੋਰਟੀ ਨਹੀਂ ਕੋਈ ਪਿਓ ਟੀਨ ਕੋਈ ਬੰਦਾ ਫੀਲ ਕਰਦਾ ਕਿਸੇ ਨੂੰ ਆਪਣੇ ਆਪ ਕੋਈ ਕੋਈ ਆਪਣੇ ਆਪ ਨੂੰ ਇਹ ਨਹੀਂ ਸਮਝਦਾ ਵੀ ਅਸੀਂ ਸੁਰੱਖਿਅਤਾਂ ਇੱਥੇ ਪੰਜਾਬ ਕੇ ਟੀਵੀ ਨਾਲ ਬਣੇ ਹੋਏ ਹਾਂ ਬੀਤੇ ਦਿਨੀ ਭਾਈ ਵਰਜਿੰਦਰ ਸਿੰਘ ਪਰਵਾਨਾ ਨੂੰ ਜ਼ਮਾਨਤ ਮਿਲੀ ਹੈ ਜ਼ਮਾਨਤ ਕਿਹੜੇ ਕੇਸਾਂ ਦੇ ਵਿੱਚ ਮਿਲੀ ਹੈ ਕਿਉਂਕਿ ਪਟਿਆਲਾ ਵਾਇਲੈਂਸ ਕੇਸ ਦੇ ਵਿੱਚ ਉਹਨਾਂ ਨੂੰ ਪਹਿਲਾਂ ਤੋਂ ਹੀ ਜ਼ਮਾਨਤ ਮਿਲ ਚੁੱਕੀ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇੱਕ ਕਪੂਰਥਲੇ ਬੇਅਦਬੀ ਦੀ ਘਟਨਾ ਵਾਲਾ ਵੀ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਜ਼ਮਾਨਤ ਦਿਵਾਉਣ ਵਾਲੇ ਐਡਵੋਕੇਟ ਘੁੰਮਣ ਬ੍ਰਦਰਸ ਸਾਡੇ ਨਾਲ ਮੌਜੂਦ ਨੇ ਇੱਕ ਜਾਣਿਆ ਪਹਿਚਾਨਿਆ ਨਾਮ ਹੈ ਵਕਾਲਤਰੀ ਦੁਨੀਆ ਦੇ ਵਿੱਚ ਅੱਜ ਉਹਨਾਂ ਤੋਂ ਜਾਣਾਂਗੇ ਕਿ ਆਖਰ ਕਿਹੜੀਆਂ ਕੰਡੀਸ਼ਨਾਂ ਕਿਵੇਂ ਇਹ ਕੇਸ ਰਹੇ ਕਿਵੇਂ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਪਹਿਲੇ ਕੇਸਾਂ ਦੇ ਵਿੱਚ ਜਿਹੜੇ ਉਹਨਾਂ ਉੱਤੇ ਪਟਿਆਲਾ ਵਾਇਲੈਂਸ ਦੇ ਕੇਸ ਸੀ ਉਹਨਾਂ ਉਦੋਂ ਉਹਨਾਂ ਨੂੰ ਕਦੋਂ ਜ਼ਮਾਨਤ ਮਿਲ ਗਈ ਸੀ ਤਾਂ ਕਿਹੜੇ ਕੇਸਾਂ ਕਰਕੇ ਜ਼ਮਾਨਤ ਮਿਲਣ ਦੇ ਵਿੱਚ ਦੇਰੀ ਹੋਈ ਹੈ ਇਹਨਾਂ ਸਾਰੀਆਂ ਜਿਹੜੀਆਂ तमाम ਗੱਲਬਾਤ ਹੈ ਅੱਜ ਉਹਨਾਂ ਦੇ ਨਾਲ ਕਰਦੇ ਹਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਦੇਖੋ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਮੈਂ ਸਟਾਰਟ ਕਰਾਂਗਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਅਹਿਮ ਡੇਟ ਹੈ ਉਹ ਹੈਗੀ ਹੈ 22 April 2022 ਹੁਣ ਇੱਥੇ ਮੈਂ ਵੀਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ 22 April ਨੂੰ ਇੱਕ ਉਸ ਗਰੁੱਪ ਸ਼ਿਵ ਸਾਨਾ ਗਰੁੱਪ ਸਾਡਾ ਪੰਜਾਬ ਦਾ ਹੀ ਸਮਝ ਲਓ ਅਸੀਂ ਸਾਰੇ ਰਹਿਣ ਵਾਲੇ ਆ ਪਰ ਉਹਨਾਂ ਨੇ ਇੱਕ ਇਸ਼ਤਿਹਾਰ ਲਗਾਇਆ ਹਰੀਤ ਸਿੰਘਲਾ ਵੱਲੋਂ ਕੋਰਟ ਦੇ ਵਿੱਚ ਮਾਨ ਜੋ ਕੋਰਟ ਚ ਵੀ ਐਪ੍ਰਾਈਜ਼ ਕਰਵਾਇਆ ਹੈ ਉਹਨਾਂ ਨੇ ਇਸ਼ਤਿਹਾਰ ਲਵਾਇਆ ਕਿ ਜੀ ਅਸੀਂ ਖਾਲਸਤਾਨ ਵਿਰੋਧੀ ਵਿਰੋਧੀ ਅਸੀਂ ਇੱਕ ਮਾਰਚ ਕੱਢਣਾ ਹੈ 29 April ਜੜ ਮੈਂ ਤੁਹਾਨੂੰ ਲੱਗਾ ਦੱਸਣਾ ਵੀ ਇਸ ਮਾਮਲੇ ਦੀ ਜੜ ਕਿੱਥੋਂ ਬਣੀ ਉਹ ਠੀਕ ਹੈ ਉਹਨਾਂ ਨੇ ਆਪਣੇ ਵੱਲੋਂ ਇਸ਼ਤਿਹਾਰ ਜਿਹੜਾ ਸੀ ਉਹਨੂੰ ਪਬਲਿਕ ਕੀਤਾ ਇਸ਼ਤਿਹਾਰ ਜਿਹੜਾ ਸੀ ਉਹ ਸਾਰੇ ਪਟਿਆਲੇ ਸ਼ਹਿਰ ਦੇ ਵਿੱਚ ਲਗਾਏ ਗਏ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮਾਮਲੇ ਦਾ ਪਤਾ ਹੈ 22 ਤਰੀਕ ਨੂੰ ਕੱਢਿਆ 23 ਤਰੀਕ ਨੂੰ 23 April ਨੂੰ ਵਰਜਿੰਦਰ ਸਿੰਘ ਪਰਵਾਨਾ ਅਗਵਾਈ ਕਰਦੇ ਹੋਏ ਸਾਰੀ ਇੱਕ ਵਫ਼ਦ ਲੈ ਕੇ ਮਾਨਯੋਗ ਉਸ ਸਮੇਂ ਦੇ ਐਸਐਸਪੀ ਨਾਨਕ ਸਿੰਘ ਆਈਜੀ ਸਾਹਿਬ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਜਾ ਕੇ ਪ੍ਰਾਈਜ਼ ਕਰਵਾਇਆ ਔਰ ਉਹਦੇ ਤੇ ਮੰਗ ਕੀ ਕੀਤੀ ਕਿ ਇਹ ਜਿਹੜਾ ਮਾਰਚ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ ਤੇ ਉਹਦੇ ਚ ਮੇਨ ਮੰਗ ਕੇ ਕੀਤੀ ਕਿ ਜਿਹੜਾ ਲਾਅ ਐਂਡ ਆਰਡਰ ਹੈ ਉਹਨੂੰ ਮੇਨਟੇਨ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਸ਼ਾਂਤਮਈ ਮਾਹੌਲ ਰਵੇ ਔਰ ਇਹ ਇਕੱਲਾ ਵਰਬਲੀ ਨਹੀਂ ਇਹ ਜਾ ਕੇ ਅਸੀਂ ਉੱਥੇ ਰਿਟਰਨ ਦੇ ਵਿੱਚ ਬਰਜਿੰਦਰ ਸਿੰਘ ਭਾਈ ਬਰਜਿੰਦਰ ਸਿੰਘ ਪਰਮਾਨ ਨੇ ਦਿੱਤਾ ਹੁਣ ਇੱਥੇ ਆ ਕੇ ਮੈਂ ਇੱਕ ਬੜਾ ਵੱਡਾ ਸਵਾਲ ਜਿਹੜਾ ਸਾਡੇ ਸਾਰੇ ਲੀਗਲ ਟੀਮ ਦੇ ਸਾਡੇ ਜੁਆਇੰਟ ਵਿੱਚ ਆਇਆ ਕਿ ਦੇਖੋ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲਗਭਗ ਵਿੱਚ 7 ਦਿਨਾਂ ਦਾ ਸਮਾਂ ਸੀ ਇਸ ਸਟਾਰਟ ਤੋਂ ਕਿ ਐਸਐਸਪੀ ਜਿਹੜੇ ਮੌਕੇ ਦੇ ਉੱਪਰ ਸੀਗੇ ਜਾਂ ਜਿਹੜੇ ਮੌਕੇ ਦੇ ਵੱਡੇ ਅਧਿਕਾਰੀ ਸੀਗੇ ਪੁਲਿਸ ਦੇ ਕਿ ਉਹ ਕੋਈ ਪ੍ਰੀਵੈਂਟਿਵ ਐਕਸ਼ਨ ਲੈਂਦੇ ਜਾਂ ਇਸ ਸਿਚੂਏਸ਼ਨ ਨੂੰ ਹੋ ਸਕਦਾ ਸੀ ਟਾਲਿਆ ਜਾ ਸਕਦਾ ਸੀ ਉਹਨਾਂ ਨੇ ਕੀਤਾ ਕਿ ਕੀ ਪ੍ਰੀਵੈਂਟਿਵ ਐਕਸ਼ਨ ਨਾ ਲਿਆ 29 ਤਰੀਕ ਨੂੰ ਕਾਲੀ ਮਾਤਾ ਮੰਦਿਰ ਦੇ ਵਿੱਚ ਵੀ ਸੰਗਤ ਇਕੱਠੀ ਹੋ ਗਈ ਇੱਧਰ ਸ਼੍ਰੀ ਦੁਖਨਵਰਨ ਸਾਹਿਬ ਵੀ ਸੰਗਤ ਇਕੱਠੀ ਹੋ ਗਈ ਹੁਣ ਹੁੰਦਾ ਕੀ ਏ ਕਿ ਚਲੋ ਜਿਹੜੀ ਉਹ ਪਟਿਆਲਾ ਵਾਇਲੈਂਸ ਹੋਈ ਹੈ ਮੈਂ ਉਹਦੇ ਤੇ ਡਿਟੇਲ ਚ ਨਹੀਂ ਜਾਵਾਂਗਾ ਕਹਿਣਾ ਇਹ ਚਾਹੁੰਦੇ ਆ ਕਿ ਤਹਿਤ ਇਹਦੇ ਚ ਪਰਚੇ ਦਰਜ ਕੀਤੇ ਪੁਲਿਸ ਸਟੇਸ਼ਨ ਕੋਤਵਾਲੀ ਪਟਿਆਲਾ ਨੇ ਕਿਉਂਕਿ ਉਹ ਜਿਹੜਾ ਉਹ ਏਰੀਆ ਜਿਹੜਾ ਸੀਗਾ ਨਾ ਉਹ ਉਹਦੇ ਵਿੱਚ ਫਾਲ ਕਰਦਾ ਸੀ ਹੁਣ ਇੱਥੇ ਅੱਗੇ ਇੱਕ ਵੱਡੀ ਗੱਲ ਵੀਰ ਜੀ ਕੀ ਇਹ ਸਾਹਮਣੇ ਆਈ ਕਿ 73 ਨੰਬਰ ਪਰਚੇ ਤੋਂ ਲੈ ਕੇ 73 74 75 76 ਇਸ ਤਰ੍ਹਾਂ ਕੰਟੀਨਿਊਸਲੀ ਪਰਚੇ ਜਿਹੜੇ ਸੀ ਉਹ ਪੁਲਿਸ ਨੇ ਦਰਜ ਕੀਤੇ ਹੁਣ ਇੱਥੇ ਕਿ ਵੱਡੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਨਾ 73 ਨੰਬਰ ਕਿਸੇ ਪਰਚੇ ਦੇ ਵਿੱਚ ਭਾਈ ਵਰਜਿੰਦਰ ਸਿੰਘ ਪਰਮਾਨੇ ਦਾ ਨਾਮ ਜ਼ਿਕਰ ਨਹੀਂ ਸੀ ਔਰ ਸੀਸੀਟੀਵੀ ਫੁਟੇਜ ਵੀ ਇਸ ਗੱਲ ਦੀ ਗਵਾਹ ਹੈ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਹਨਾਂ ਨੇ ਸ੍ਰੀ ਗੁਰਦੁਆਰਾ ਦੁਖਨਵਰਨ ਸਾਹਿਬ ਆ ਕੇ ਸੰਗਤ ਨੂੰ ਪਾਠ ਜਪਾਇਆ ਆਪ ਵੀ ਪਾਠ ਕੀਤਾ ਸੀਸੀਟੀਵੀ ਫੁਟੇਜ ਇਸ ਚੀਜ਼ ਦੀ ਦਿਖਾਈ ਹੁਣ ਹੁੰਦਾ ਕੀ ਹੈ 30 ਤਰੀਕ ਨੂੰ ਭਾਈ ਬਰਜਿੰਦਰ ਸਿੰਘ ਪਰਮਾਨੇ ਨੂੰ ਮੋਹਾਲੀ 에ਰਪੋਰਟ ਦੇ ਉੱਪਰ ਅਰੈਸਟ ਕੀਤਾ ਜਾਂਦਾ ਹੈ 29 ਨੂੰ ਨਾਮਜ਼ਦ ਕੀਤਾ ਜਾਂਦਾ ਹੈ ਔਰ ਇੱਥੇ ਇੱਕ ਇੱਕ ਆ ਕੇ ਬਹੁਤ ਵੱਡੀ ਹਨਾਨੀ ਵਾਲੀ ਗੱਲ ਹੋਈ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪੁਲਿਸ ਦੇ ਅੱਲਾ ਅਫਸਰਾਂ ਵੱਲੋਂ ਔਰ ਉਸ ਪ੍ਰੈਸ ਕਾਨਫਰੰਸ ਕੀ ਕਿਹਾ ਜਾਂਦਾ ਕਿ ਇਹ ਘਟਨਾ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਵਰਜਿੰਦਰ ਸਿੰਘ ਪਰਮਾਨਾ ਹੈ ਹੁਣ ਇੱਥੇ ਆ ਕੇ ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਸੀ ਵੀ ਜੇਕਰ ਤੁਸੀਂ ਕਿਸੇ ਤੋਂ ਬਾਇ ਨੇਮ ਐਫ ਆਈ ਆਰ ਤੇ ਨਹੀਂ ਲੈਂਦੇ ਐਫ ਆਈ ਆਰਸ ਅਜੈਸਟਡ ਹੋਈਆਂ ਆ ਰੀਤ ਸਿੰਘਲੇ ਦੇ ਖਿਲਾਫ ਵੀ ਹੋਈ ਹੋਰ ਵੀ ਲੋਕਾਂ ਦੇ ਖਿਲਾਫ ਹੋਈਆਂ ਪਰ ਤੁਸੀਂ ਉਹਨਾਂ ਨੂੰ ਕਿਸ ਕਿਸ ਬੇਸ ਦੇ ਉੱਪਰ ਆਪਾਂ ਇਹ ਗੱਲ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਭਾਈ ਬਰਜਿੰਦਰ ਸਿੰਘ ਪਰਵਾਨਾ ਉਹ ਇਸ ਚੀਜ਼ ਦਾ ਮੁੱਖ ਦੋਸ਼ੀ ਹੈ ਚਲੋ ਅਸੀਂ ਮੈਂ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਅਸੀਂ ਮੌਕੇ ਦੇ ਉੱਪਰ ਸਾਨੂੰ ਭੈਣ ਜੀ ਆਏ ਉਹਨਾਂ ਦੀ ਬੀਬੀ ਰਮਨਦੀਪ ਜੀ ਉਹਨਾਂ ਨੇ ਆ ਕੇ ਵਕੀਲ ਅੰਗੇਜ ਕੀਤਾ ਅਸੀਂ ਜਾ ਕੇ ਪੁਲਿਸ ਰਿਮਾਂਡ ਅਪੋਜ਼ ਕੀਤੇ ਉਹਨਾਂ ਦਿਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਜੀ ਜਿਹੜੀ ਹੁਣ ਇਸ ਸਮੇਂ ਜਿਹੜੀ ਪੰਜਾਬ ਪੁਲਿਸ ਹੈ ਕਿ ਉਹਨਾਂ ਨੂੰ ਇੱਕ ਕੋਈ ਪਹਿਲਾ ਮਾਮਲਾ ਹੈ ਕੋਈ ਦਸੰਬਰ 18 ਤੋਂ 18 ਦਸੰਬਰ 2021 ਦਾ 5 ਮਹੀਨੇ ਪਹਿਲਾਂ ਵਾਪਰਿਆ ਉਸ ਮਾਮਲੇ ਦੇ ਵਿੱਚ ਵੀ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਭਾਈ ਬਰਜਿੰਦਰ ਸਿੰਘ ਪਰਮਾਨੇ ਨੂੰ ਨਾਮਜਦ ਪੁਲਿਸ ਕਰੇਗੀ ਪਰ ਸੱਚ ਜਾਣਿਓ ਸਾਡੀ ਟੀਮ ਨੂੰ ਇਹ ਸੀ ਵੀ ਇਹ ਹੋ ਨਹੀਂ ਸਕਦਾ ਪਰ ਜਿੱਦਣ ਅਸੀਂ ਪੁਲਿਸ ਰਿਮਾਂਡ ਖਤਮ ਕਰਾ ਕੇ ਜੁਡੀਸ਼ੀਅਲੀ ਅਸੀਂ ਆਰਡਰ ਮੰਗ ਜੋਗ ਪਟਿਆਲਾ ਕੋਰਟ ਤੋਂ ਕਰਵਾਈ ਉਸੇ ਦਿਨ ਹੀ ਪਤਾ ਲੱਗਿਆ ਕਿ ਪ੍ਰੋਡਕਸ਼ਨ ਵਾਰੰਟ ਤੇ ਕਪੂਰਥਲਾ ਪੁਲਿਸ ਉਹਨਾਂ ਨੂੰ ਆਕੇ ਲੈ ਗਈ ਔਰ ਹੁਣ ਮੈਂ ਤੁਹਾਨੂੰ ਉਸ ਮਾਮਲੇ ਦੀ ਥੋੜੀ ਜਿਹੀ ਜਾਣਕਾਰੀ ਦੇਣਾ ਵੀ ਕਿਸ ਮਾਮਲੇ ਚ ਲੱਗੇ ਗਈ ਇਹ ਹੋਇਆ ਕਿ ਵਿਰਜੀ ਕੀ 18 ਦਸੰਬਰ 2021 ਨੂੰ ਇੱਕ ਪਹਿਲਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਰਵਉੱਚ ਸਥਾਨ ਹਰਮੰਦਰ ਸਾਹਿਬ ਇੱਕ ਵਿਅਕਤੀ ਵੜਿਆ ਇਹ ਮਾਮਲਾ 18 ਬਾਰਾਂ ਦਾ ਚਲੋ ਉਹ ਵੜਿਆ ਜਾਂ ਉਹਨੇ ਅੰਦਰ ਜਾ ਕੇ ਬੇਅਦਬੀ ਕਿਸ ਤਰੀਕੇ ਨਾਲ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਤਾ ਮਿਲਦਾ ਆਪਾਂ ਨੂੰ ਜ਼ਿਆਦਾ ਡਿਸਕਸ ਕਰਨ ਦੀ ਸਿੱਖ ਸੰਗਤ ਨੂੰ ਸਾਰੇ ਲੋਕਾਂ ਨੂੰ ਹੀ ਪਤਾ ਪੰਜਾਬ ਜਨ ਉਸ ਤੋਂ ਬਾਅਦ ਕੀ ਹੋਇਆ ਵੀ 19 ਬਾਰਾਂ 2021 ਨੂੰ ਸੇਮ ਕਟਣਾ ਸੁਬਾ 4 ਵਜੇ ਨਿਆਮਪੁਰਾ ਪਿੰਡ ਕਪੂਰਥਲਾ ਵਾਪਰਦੀ ਹੈ ਭਾਈ ਅਮਰਜੀਤ ਸਿੰਘ ਭਾਈ ਸਿੰਘ ਸੀਗੇ ਉੱਥੇ ਨਾਲ ਭਾਈ ਲਾਪ੍ਰਿਤ ਸਿੰਘ ਉਹਨਾਂ ਦੇ ਨਾਲ ਸਹਾਇਕ ਪਾਠੀ ਗੜੀ ਆਪਾਂ ਸੁਬਾ 4 ਵਜੇ ਇੱਕ ਅਣਪਛਾਤਾ ਵਿਅਕਤੀ ਜਿਸ ਨੇ ਸਿਰ ਤੇ ਕੋਈ ਰਮਾਲ ਨਹੀਂ ਕੋਈ ਪਟਕਾ ਨਹੀਂ ਔਰ ਉਹ ਸੁਬਾ 4 ਵਜੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੁੰਦਾ ਹੈ no doubt ਉਸ ਸਮੇਂ ਸਿੱਖ ਸੰਗਤ ਕਿਉਂਕਿ ਇੱਕ ਦਿਨ ਪਹਿਲਾਂ ਹੀ ਸਰਵੋੱਚ ਸਥਾਨ ਏਡੀ ਵੱਡੀ ਬੇਇੱਜ਼ਤੀ ਹੋਈ ਸੀ ਤਾਂ ਸਾਰੀ ਸੰਗਤ ਦੇ ਮਨ ਦੇ ਵਿੱਚ ਰੋਸ ਸੀ ਉਹ ਜਦੋਂ ਦਾਖਲ ਹੁੰਦਾ ਹੈ ਭਾ ਭਾਈ ਅਮਰਜੀਤ ਸਿੰਘ ਪਹਿਲਾਂ ਪੁਲਿਸ ਨੂੰ ਇਨਫੋਰਮ ਕਰਦੇ ਨੇ ਨਾਲੋਂ ਨਾਲੋ ਸੋਸ਼ਲ ਮੀਡੀਆ ਤੇ ਵੀ ਲਾਈਵ ਹੋ ਕੇ ਤਾਂ ਸਾਰੀ ਸਿੱਖ ਸੰਗਤ ਨੂੰ ਵੀ ਇਨਫੋਰਮ ਕਰ ਦਿੰਦੇ ਨੇ ਹੁਣ ਇੱਥੇ ਆ ਕੇ ਮੈਂ ਡੀਪ ਤੇ ਨਹੀਂ ਜਾਵਾਂਗਾ ਕਿਉਂਕਿ ਸਾਡਾ ਕੇਸ ਜਿਹੜਾ ਹਜੇ ਸਟਿਲ ਪੈਂਡਿੰਗ ਹੈ ਮਾਨਜੋਗ ਕਪੂਰਥਲਾ ਕੋਰਟ ਦੇ ਵਿੱਚ ਹੁਣ ਇੱਥੇ ਆ ਕੇ ਪੁਲਿਸ ਦਾ ਜਿਹੜਾ ਰੋਲ ਹੈ ਇੱਕ ਬੜਾ ਵੱਡਾ ਵੀਰ ਜੀ ਇੱਕ ਸਵਾਲ ਖੜਾ ਕਰਦਾ ਹੈ ਦੇਖੋ ਪਹਿਲਾਂ ਪੁਲਿਸ ਨੇ ਕੀ ਕੀਤਾ ਵੀ ਭਾਈ ਅਮਰਜੀਤ ਸਿੰਘ ਦੇ ਹੀ ਸਟੇਟਮੈਂਟ ਦੇ ਬੇਸ ਤੇ 295 ਦਾ ਪਰਚਾ ਦਰਜ ਕੀਤਾ ਅਗੇਂਸਟ ਅਨਨੋਨ ਪਰਸਨ ਨੋ ਡਾਊਟ 19 12 ਨੂੰ ਉਸ ਵਿਅਕਤੀ ਦੀ ਮੋਬ ਜਦੋਂ ਕਿ ਮੋਬ ਦੇ ਮਨ ਦੇ ਵਿੱਚ ਨਾਰਾਜ਼ਗੀ ਰੋਸ ਸੀ ਵੀ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਲੱਗਾ ਸੀ ਕਰਨ ਤਾਂ ਨੋ ਡਾਊਟ ਉਸ ਬੰਦੇ ਦੀ ਮੌਤ ਹੋ ਗਈ ਠੀਕ ਹੈ ਹੁਣ ਪੁਲਿਸ ਕੀ ਕਰਦੀ ਹੈ ਕਿ 295 ਦਾ 24 12 ਨੂੰ 5 ਦਿਨਾਂ ਬਾਅਦ ਸਰਪ੍ਰਾਈਜ਼ਿੰਗ ਫੈਕਟਰ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ 5 ਦਿਨਾਂ ਬਾਅਦ 295 ਦਾ ਘਟਾ ਤੇ ਜਿਹੜੀ ਸਿੱਖ ਸੰਘਰਸ਼ ਸੀ ਉਹਦੇ ਤੇ 302 ਦਾ ਐਫਆਈਆ ਹੁਣ ਇੱਥੇ ਆ ਕੇ ਚਲੋ ਸੈਪਰੇਟ ਤੌਰ ਤੇ ਇੱਕ ਡੀਡੀਆਰ ਪਾ ਲੈਂਦੇ ਨੇ 24 12 ਨੂੰ ਹੁਣ ਇੱਥੇ ਆ ਕੇ ਇੱਕ ਵੱਡੀ ਗੱਲ ਇਹ ਸੀ ਕਿ ਭਾਈ ਅਮਰਜੀਤ ਸਿੰਘ ਦੀ ਮੌਕੇ ਤੇ ਰੈਸਟ ਪੈ ਗਈ ਭਾਈ ਲਾਪਰੀ ਸਿੰਘ ਦੀ ਮੌਕੇ ਤੇ ਰੈਸਟ ਪੈ ਗਈ ਤੇ ਮੋਬ ਦੇ ਵਿੱਚ ਕੋਈ 40 50 ਬੰਦੇ ਜਿਹੜੇ ਸੀ ਉਹ ਪੁਲਿਸ ਨੇ ਅਨ ਆਈਡੈਂਟੀਫਾਈ ਦੇ ਵਿੱਚ ਰੱਖ ਲਏ ਹੁਣ ਸਵਾਲ ਇਹ ਸੀ ਕਿ 19 12 ਤੋਂ ਬਾਅਦ ਪਹਿਲਾ ਚਲਾਨ ਵੀ ਆਇਆ ਉਹ ਭਾਈ ਅਮਰਜੀਤ ਸਿੰਘ ਦੇ ਖਿਲਾਫ ਆਇਆ ਲਾਪਰੀ ਦੇ ਖਿਲਾਫ ਆਇਆ ਭਾਈ ਅਮਰਜੀਤ ਸਿੰਘ ਦੀ ਜਦੋਂ ਅਰੈਸਟ ਪਾਈ ਉਹਨਾਂ ਨੂੰ ਰਿਮਾਂਡ ਤੇ ਰੱਖਿਆ ਰਿਮਾਂਡ ਚ ਵੀ ਉਹਨੇ ਡਿਸਕਲੋਜ਼ਰ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਕਿ ਜਿਹੜਾ ਭਾਈ ਬਰਜੰਦਰ ਸਿੰਘ ਪਰਵਾਨਾ ਹੈ ਇਹ ਮੌਕੇ ਤੇ ਸੀ ਜਾਂ ਸੀ ਇਹਦੇ ਕਹਿਣ ਤੋਂ ਕੁਛ ਕੀਤਾ ਕੋਈ ਅਜਿਹੀ ਗੱਲ ਜਿਹੜੀ ਸੀ ਉਹ ਸਾਹਮਣੇ ਨਹੀਂ ਆਈ ਹੁਣ 5 ਮਹੀਨਿਆਂ ਬਾਅਦ ਜਦੋਂ ਤੁਸੀਂ ਕਾੜੋ ਵੀ ਚਲਾਨ ਵੀ ਆ ਗਿਆ ਫਸਟ ਸਾਰੀ ਗੱਲਬਾਤ ਹੋ ਗਈ ਤਾਂ ਹੋਇਆ ਕੀ ਹੈ ਕਿ ਇੱਕ ਵਕੀਲ ਉਸ ਸ਼ਿਵ ਸੈਨਾ ਗਰੁੱਪ ਨੂੰ ਜਿਹੜਾ ਰਿਪ੍ਰੈਜ਼ੈਂਟ ਕਰਦਾ ਹੈ ਉਹਨੂੰ 29 April ਨੂੰ ਇੱਕ ਮੇਲ ਸਿੱਧਿਕਪੁਰਥਲਾ ਪੁਲਿਸ ਨੂੰ ਪਾਉਂਦਾ ਹੈ ਕਪੂਰਥਲਾ ਪੁਲਿਸ ਨੂੰ ਕਹਿੰਦਾ ਕੀ ਹੈ ਕਿ ਜੀ ਤੁਸੀਂ ਭਾਈ ਬਰਜਿੰਦਰ ਸਿੰਘ ਪਰਵਾਨਾ ਜਿਹੜਾ ਹੈ ਇਹ ਕਾਲੀ ਮਾਤਾ ਮੰਦਿਰ ਦੇ ਵਿੱਚ ਵੀ ਇਹਦਾ ਮੁੱਖ ਰੋਲ ਸੀ ਤੇ ਜਿਹੜੇ ਅੱਜ ਤੋਂ 5 ਮਹੀਨੇ ਪਹਿਲਾਂ ਘਟਨਾ ਵਾਪਰੀ ਸੀ ਉਹਦੇ 'ਚ ਵੀ ਇਹਦਾ ਅਹਿਮ ਰੋਲ ਸੀ ਮਤਲਬ ਇਹ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਸੀ ਅਲੀਗੇਸ਼ਨ ਇਹ ਸਨ ਤੇ ਉਹਦੇ ਤੇ ਵੀ ਇਹਦਾ ਜਿਹੜਾ ਅਹਿਮ ਅਹਿਮ ਰੋਲ ਸੀ ਹੁਣ ਸਾਡੀ ਮਾਨਯੋਗ ਪੰਜਾਬ ਤੇ ਰਾਣਾ ਹਾਈ ਕੋਰਟ ਦੇ ਵਿੱਚ ਇੱਕ ਦਰਖਾਸਤ ਅਸੀਂ ਕੀਤੀ ਕਿ ਦੇਖੋ ਬਿਰਜੀ ਇੱਕ ਜਿਹੜਾ ਮਾਮਲਾ ਇਨਸੀਡੈਂਸ ਵਾਪਰਿਆ ਦਸੰਬਰ ਮਹੀਨੇ 2021 ਚ ਕਪੂਰਥਲੇ ਦੂਜਾ ਇਨਸੀਡੈਂਸ ਵਾਪਰਿਆ ਪਟਿਆਲੇ ਅਪ੍ਰੈਲ ਦੇ ਵਿੱਚ ਹੁਣ ਦੋਵੇਂ ਇਨਸੀਡੈਂਸ ਜਿਹੜੇ ਨੇ ਪਟਿਆਲਾ ਤੇ ਕਪੂਰਥਲੇ ਦੇ ਨੇ ਜਿਹੜੇ ਸਾਡੇ ਵਕੀਲ ਸਾਹਿਬ ਨੇ ਉਹ ਬਠਿੰਡੇ ਦੇ ਰਹਿਣ ਵਾਲੇ ਨੇ ਕਪੂਰਥਲਾ ਪੁਲਿਸ ਨੇ ਮੈਨੂੰ ਨਾਮਜ਼ਦ ਨਹੀਂ ਕੀਤਾ ਨਾਮ ਹੈ ਇਨਵੈਸਟੀਗੇਸ਼ਨ ਚ ਆਇਆ ਪਟਿਆਲਾ ਪੁਲਿਸ ਦਾ ਇੱਕ ਸੈਪਰੇਟ ਮੈਟਰ ਸੀ ਵਕੀਲ ਸਾਹਿਬ ਨੇ ਇੱਕ ਆਪਣੀ ਸੈਲਫ ਇਨਵੈਸਟੀਗੇਸ਼ਨ ਆਪਣੇ ਤੌਰ ਤੇ ਜਿਹੜੀ ਉਹਨੇ ਤਫਤੀਸ਼ ਸ਼ੁਰੂ ਕੀਤੀ ਸੀ ਉਹਦੇ ਬੇਸ ਤੇ ਬਠਿੰਡੇ ਬੈਠੇ ਨਹੀਂ ਉਹਨੇ ਸਿੱਧੀ ਮੇਲ ਕਪੂਤਲੇ ਭਾਈ ਤਾਂ ਇਹਦੇ ਚ ਹੁਣ ਆ ਕੇ ਇੱਕ ਵੱਡਾ ਮੈਂ ਇਟਸ ਕਹਾਂਗਾ ਇਟਸ ਨੋਟ ਅ ਮਿਸਟੇਕ ਇਟਸ ਅ ਬਲੰਡਰ ਮਿਸਟੇਕ ਔਨ ਦੀ ਪਾਰਟ ਆਫ ਦੀ ਪੰਜਾਬ ਪੁਲਿਸ ਆਲਸੋ ਜੀ ਪੰਜਾਬ ਪੁਲਿਸ ਨੂੰ ਨਹੀਂ ਪਤਾ ਲੱਗਿਆ ਕਿ ਜਿਵੇਂ ਜਿਵੇਂ ਵਕੀਲ ਸਾਹਿਬ ਨੇ ਜਦੋਂ ਮੇਲ ਪਾਈ ਉਦੋਂ ਉਹਨਾਂ ਨੂੰ ਪਤਾ ਲੱਗਦਾ ਪਰ ਜਿਹੜੀ ਉਹ ਆਪ ਇਨਵੈਸਟੀਗੇਸ਼ਨ ਕਰ ਰਹੇ ਸੀ ਕਿ ਉਸ ਦੇ ਵਿੱਚ ਨਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਬਰਜਿੰਦਰ ਸਿੰਘ ਪਰਵਾਨਾ ਉੱਥੇ ਮੌਜੂਦ ਸੀ ਜਾਂ ਨਹੀਂ ਦੇਖੋ ਮੈਂ ਬਹੁਤ ਥੋੜਾ ਅਹਿਮ ਤੁਸੀਂ ਸਵਾਲ ਬਹੁਤ ਵਧੀਆ ਸਵਾਲ ਪੁੱਛਿਆ ਹੈ ਇਹ ਮੈਂ ਗੱਲ ਵੀਰ ਜੀ ਮੈਂ ਦ ਮਾਮਲਾ ਦਸੰਬਰ 18 ਦਾ 2021 ਦਾ ਜੀ April ਤੱਕ ਮੈਨੂੰ ਪੁਲਿਸ ਨੇ ਕਦੀ ਕਪੂਰਥਲੇ ਬਰਜਿੰਦਰ ਸਿੰਘ ਪਰਮਾਨਾ ਜੀ ਨੂੰ ਬੁਲਾਇਆ ਨਹੀਂ ਨਾ ਉਹਨਾਂ ਨੇ ਉਹਨਾਂ ਨੂੰ ਦੋਸ਼ੀਆਂ ਦੀ ਲਿਸਟ 'ਚ ਪਾਇਆ ਨਾ ਜਿਹੜਾ ਚਲਾਨ ਕੀ ਹੈ ਜਿਹੜਾ ਪਹਿਲਾ ਚਲਾਨ 173 ਸਬਕਲੋਜ਼ 2 ਉਹ ਕੀ ਕਹਿੰਦਾ ਕਿ ਇਹਦੀ ਪਹਿਲੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ 'ਚ ਬਰਜਿੰਦਰ ਸਿੰਘ ਪਰਮਾਨੇ ਦਾ ਕਿਤੇ ਨਾਮ ਜ਼ਿਕਰ ਨਹੀਂ ਹੁਣ 5 ਮਹੀਨਿਆਂ ਬਾਅਦ ਦੇਖੋ ਇੱਕ ਜੇਕਰ ਅਸੀਂ ਲੋਅਰਾਂ ਅਸੀਂ ਵੀ ਰੂਟੀਨ ਦੇ ਵਿੱਚ ਸਾਰਾ ਵਕੀਲ ਭਾਈਚਾਰਾ ਅਸੀਂ ਰਿਪਰੈਜ਼ੈਂਟੇਸ਼ਨਸ ਪਾਨੇ ਆ ਕਿ ਜੇ ਤੁਸੀਂ ਆਹ ਐਕਸ਼ਨ ਲੈ ਲਓ ਆਹ ਐਕਸ਼ਨ ਲੈ ਲਓ ਸਰ ਥਿਸ ਇਜ਼ ਨੋਟਲੀ ਬੇਸਿਕ ਡਿਊਟੀ ਆਫ ਦੀ ਪੁਲਿਸ ਕਿ ਤੁਸੀਂ ਓਨਲੀ ਮੇਰਲੀ ਓਨ ਦੀ ਬੇਸਿਸ ਆਫ ਵਨ ਈਮੇਲ ਜਿਹੜੀ ਇੱਕ ਲੋਅਰ ਨੇ ਆਈ ਏ ਸਿਰਫ ਆਪਾਂ ਉਹਦਾ ਬੇਸ ਰੱਖ ਕੇ ਤੇ ਐਡੇ ਵੱਡੇ 302 ਦੇ ਕੇਸ ਦੇ ਵਿੱਚ ਭਾਈ ਪ੍ਰਚੰਦਰ ਸਿੰਘ ਪਰਮਾਨੇ ਨੂੰ ਨਾਮਜ਼ਦ ਕਰਤਾ ਹੁਣ ਇੱਥੇ ਆ ਕੇ ਦੇਖੋ ਸਾਡੇ ਲਈ ਦੇਖੋ ਇੱਕ ਵੱਡੀ ਜਿਹੜੀ ਇੱਕ ਰਿਸਪੌਂਸਿਬਿਲਟੀ ਕਹ ਲਈਏ ਇੱਕ ਜ਼ਿੰਮੇਵਾਰੀ ਕਹ ਲਈਏ ਜ ਜ ਮੈਨੂੰ ਲੱਗਦਾ ਸੀ ਵੀਰ ਜੀ ਵੀ ਜੇ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਤਾਂ ਜਿਹੜੇ ਪਟਿਆਲਾ ਵਾਇਲੈਂਸ ਵਾਲੇ ਕੇਸ ਸੀਗੇ ਉਹ ਮਾਨਯੋਗ ਸੈਸ਼ਨ ਕੋਰਟ ਨੇ ਸਾਡੀ ਨੇ ਮੈਨੂੰ ਲੱਗਦਾ 2 ਕੁ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਵਰਜਿੰਦਰ ਸਿੰਘ ਪਰਵਾਨਾ ਦੀ ਅਸੀਂ ਬੇਲ ਕਰਵਾ ਲਈ ਸੀ ਪਰ ਉਸ ਤੋਂ ਬਾਅਦ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਹੱਤ ਜ਼ਰੂਰ ਆਉਂਦੇ ਸੀ ਕਿ ਅਰ ਵੀ ਹੁਣ ਇਸ ਵਾਰੀ ਜਿਹੜੀ ਲੜਾਈ ਉਹ ਟਫ ਹੈ ਕਿਉਂਕਿ ਪੁਲਿਸ ਨੇ ਕੀ ਕੀਤਾ ਪੰਜਾਬ ਪੁਲਿਸ ਨੇ ਕੀ ਕੀਤਾ ਕਿ ਇਹਨੂੰ ਸਿਰਫ ਇਸ ਕਰਕੇ ਵੀ ਇਹਨੂੰ ਕੰਪਲਿਕੇਟ ਕਰਦੀਏ ਜਾਂ ਇਹਨੂੰ ਹੋਰ ਕੇਸਾਂ ਚ ਫਸਾਇਆ ਜਾਵੇ ਜਾਣ ਬੁੱਝ ਕੇ 302 ਦੇ ਕੇਸ ਦੇ ਵਿੱਚ ਧੱਕਿਆ। ਔਰ ਉਹਦੇ ਚ ਆ ਕੇ ਤੁਸੀਂ ਇਹ ਗੱਲ ਕਹ ਲਓ ਕਿ ਸਾਡੇ ਵਾਸਤੇ ਇੱਕ ਜਿੱਤ ਜਿਹੜੀ ਪ੍ਰਾਪਤ ਕੀਤੀ ਦਿੱਕਤਾਂ ਵੱਡੀਆਂ ਸੀਗੀਆਂ। ਜਿੱਤ ਪ੍ਰਾਪਤ ਸਾਡੀ ਇਸ ਗੱਲ ਦੀ ਜਰੂਰ ਸਾਡੀ ਲੀਗਲ ਟੀਮ ਦੀ ਸਾਡੀ ਜੀ ਹੋਈ। ਕਿਉਂਕਿ ਇੱਕ ਲੰਮੀ ਬੈਸ ਪਹਿਲੀ ਹਿアリング ਸੀਗੀ 2 ਦਸੰਬਰ ਮਾਨਯੋਗ ਜਸਟਿਸ ਸਾਡੇ ਜੀਐਸ ਪੁਰੀ ਸਾਹਿਬ ਦੀ ਕੋਰਟ ਚ। ਫਰਸਟ ਹਿアリング ਦੇ ਉੱਪਰ ਜਦੋਂ ਅਸੀਂ ਸਾਰਾ ਕੇਸ ਅਸੀਂ ਅਪਰਾਇਜ਼ ਕਰਵਾਇਆ। ਤਾਂ ਮਾਨਜੋ ਕੋਰਟ ਨੇ ਮਿਲ ਲਾ ਲਗਭਗ ਸਵਾ ਘੰਟਾ ਸਾਡੀ ਜਿਹੜੀ ਬਹਿਸ ਸੀ ਉਹ ਉੱਥੇ ਚੱਲੀ ਸਵਾ ਘੰਟਾ ਬਹਿਸ ਚੱਲਣ ਤੋਂ ਬਾਅਦ ਤੁਸੀਂ ਕਹੋ ਵੀ ਮਾਨਜੋ ਕੋਰਟ ਨੇ ਲੰਮਾ ਡਿਟੇਲ ਆਰਡਰ ਦੇ ਕੇ ਸਪੈਸ਼ਲ ਸਰਕਮਸਟੈਂਸ ਮਤਲਬ ਸਪੈਸ਼ਲੀ ਲਿਖਾ ਕੇ ਤੇ ਉਹਨਾਂ ਨੇ ਸਾਡੀ ਜਿਹੜੀ ਪਹਿਲੀ ਡੇਟ ਦੇ ਉੱਪਰ ਮਾਨਜੋ ਕੋਰਟ ਨੇ ਸਾਡੀ ਜਿਹੜੀ ਬੇਲ ਅਪਲੀਕੇਸ਼ਨ ਸੀ ਉਹ ਅਲਾਉਟ ਕੀਤੀ ਜਿਹੜੀ ਪਟਿਆਲਾ ਵਾਇਲੈਂਸ ਕੇਸ ਸੀ ਹਰੀ ਸਿੰਘਲਾ ਦੇ ਬਰਾਬਰ ਹੀ ਜਿਹੜੀ ਜ਼ਮਾਨਤ ਹੈ ਉਹ ਵਰਜਿੰਦਰ ਸਿੰਘ ਪਰਵਾਨਾ ਜੀ ਨੂੰ ਮਿਲ ਚੁੱਕੀ ਹੈ ਦੇਖੋ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਭਾਈ ਵਰਜਿੰਦਰ ਸਿੰਘ ਪਰਵਾਨਾ ਨੇ ਅ ਦੂਸ ਦੇਖੋ ਇੱਥੇ ਬੇਸਿਕ ਚੀਜ਼ ਦੇਖਣ ਵਾਲੀ ਏ ਸੀ ਵੀ ਇਹਦਾ ਸਭ ਤੋਂ ਪਹਿਲਾਂ ਜਿਹੜਾ ਏ ਜਿਹੜੀ ਲੜਾਈ ਸੀ ਇਹਨੂੰ ਕਿੰਨੇ ਪ੍ਰੋਵੋਕ ਕੀਤਾ ਸੰਗਤ ਭਾਵੇਂ ਹਿੰਦੂ ਸੰਗਤ ਹੈ ਸਾਡੀ ਨੇ ਸਾਰੇ ਭਾਈ ਭਾਵੇਂ ਸਿੱਖ ਸੰਗਤ ਹੈ ਜੀ ਭਾਵੇਂ ਕੋਈ ਸੰਗਤ ਹੈ ਸਭ ਤੋਂ ਪਹਿਲਾਂ ਚੀਜ਼ ਦੇਖਣ ਵਾਲੀ ਏ ਸੀ ਵੀ ਕਿੰਨੇ ਇਨਸਟੀਗੇਟ ਕੀਤਾ ਕਿੰਨੇ ਪ੍ਰੋਵੋਕ ਕੀਤਾ ਦੇਖੋ ਮੈਂ ਬੇਸਿਕ ਰੂਟ ਦੱਸ ਕੇ ਬੈਠਾ ਵੀ ਇਹ ਜਿਹੜੀ ਚੰਗਿਆੜੀ ਸੀ ਉਹ ਲਾਈ ਤਾਂ ਹਰੀ ਸਿੰਘਲੇ ਨੇ ਸੀ ਹਾਂ ਸਾਡੇ ਵਾਸਤੇ ਇੱਕ ਦਿੱਕਤ ਜਰੂਰ ਆਈ ਕੋਰਟ ਕੋਰਟ ਦੇ ਵਿੱਚ ਆਈ ਕਿਉਂਕਿ ਜਿਹੜਾ ਭਾਈ ਵਰਜਿੰਦਰ ਸਿੰਘ ਪਰਮਾਨਾ ਸਾਹਿਬ ਨੇ ਉਹਨਾਂ ਦੇ ਅਗੇਂਸਟ ਆਲਰੇਡੀ ਕੋਈ 7-8 7-8 ਐਫਆਈਆਰਸ ਆਲਰੇਡੀ ਦਰਜ ਸੀ ਹਰੀਸ਼ ਸਿੰਘਲੇ ਦੇ ਖਿਲਾਫ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਉੱਥੋਂ ਪਟਿਆਲੇ ਲੋਕਲ ਲਾਇਰ ਸੀਗਾ ਉਹਦੇ ਖਿਲਾਫ ਕੋਈ ਹਜੇ ਤੱਕ ਐਫਆਈਆਰ ਦਰਜ ਨਹੀਂ ਸੀ ਸੋ ਸਾਡੇ ਵਾਸਤੇ ਕਿਉਂਕਿ ਕਿਉਂਕਿ 7-8 ਐਫਆਈਆਰ ਸੀਗੀਆਂ ਕੋਈ ਨਿਜੀ ਮਾਮਲਾ ਝਗੜਾ ਵਰਜਿੰਦਰ ਸਿੰਘ ਪਰਮਾਨੇ ਦਾ ਕਿਸੇ ਨਾਲ ਨਹੀਂ ਸੀ ਹਾਂ ਸਾਰੇ ਜਿਹੜੇ ਮਾਮਲੇ ਸੀਗੇ ਉਹ ਇਹੀ ਸੀਗੇ ਵੀ ਕੋਈ ਕਿਤੇ ਮੋਰਚਾ ਲਾਇਆ ਹੈ ਕਿਤੇ ਉਹਨਾਂ ਨੇ ਕੋਈ ਇਹੀ ਕੋਈ ਕੋਈ ਧਾਰਮਿਕ ਲੜਾਈ ਕੋਈ ਹੋਈ ਏ ਇਹਨਾਂ ਦੇ ਰਿਲੇਟਡ ਹੀ ਸੀਗੇ ਆਦਰਵਾਇਜ਼ ਜੇ ਆਪਾਂ ਸਾਡੇ ਪਾਸ ਟਫ ਜ਼ਰੂਰ ਸੀ ਕਿਉਂਕਿ 8 ਐਫਆਈਆਰ ਸੀਗੇ ਥੋੜੇ ਜਿਹਾ ਕ੍ਰਿਮੀਨਲ ਐਂਟੀਸੀਡੈਂਟ ਬਣ ਚੁੱਕੇ ਸੀਗੇ ਪਰ ਫਿਰ ਵੀ 2 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਬਰਾਬਰ ਬੈਲੈਂਸ ਤੁਸੀਂ ਕੜੋ ਰੱਖ ਕੇ ਅਸੀਂ ਉਹਨਾਂ ਦੇ ਬਰਾਬਰ ਅਸੀਂ ਜਿਹੜੀ ਹਰੀ ਸਿੰਘਲੇ ਤੋਂ ਪਹਿਲਾਂ ਹੀ ਅਸੀਂ ਇੱਕ ਹਫਤਾ ਪਹਿਲਾਂ ਅਸੀਂ ਬੇਲ ਐਪਲੀਕੇਸ਼ਨ ਨੂੰ ਜ਼ੋਮੇ ਅਲਾਉ ਕਰਵਾ ਲਈਆਂ ਸੀ ਇੰਨਾ ਟਫ ਜ਼ਰੂਰ ਸੀ ਹੁਣ ਇੱਥੇ ਆ ਕਿ ਮੈਂ ਅਸੀਂ ਸਾਰੀ ਨਾ ਕੱਲ ਰਾਤ ਵੀ ਅਸੀਂ ਲੀਗਲ ਟੀਮ ਸਾਰੇ ਬੈਠੇ ਰਹੇ ਆ ਬੜਾ ਮਤਲਬ ਮਲਾਕਾਫੀ ਰਾਤ ਤੱਕ ਅਸੀਂ ਡਿਸਕਸ ਕੀਤਾ ਹੈ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਨਾ ਇੱਕ ਜਿਹੜਾ ਮੇਨ ਮਾਮਲਾ ਹੈ ਜਿੱਥੋਂ ਆਪਾਂ ਮੈਨੂੰ ਲੱਗਦਾ ਵੀ ਆਪਣਾ ਡਿਸਕਸ ਕਰਨਾ ਬੰਦਾ ਹੈ ਉਹ ਹੈਗਾ ਕਿ ਪੰਜਾਬ ਚ ਮੈਨੂੰ ਲੱਗਦਾ ਹੈ ਵੀਰ ਜੀ ਕੋਈ ਜੜਾ ਹੈ ਅਜਾ ਨਹੀਂ ਰਹਿ ਗਿਆ ਜਿੱਥੇ ਕੋਈ ਬੇਰੋਜ਼ਗਾਰੀਆਂ ਬੇहद ਬੀਆਂ ਸੌਰੀ ਬੇहद ਵੀ ਜਿਹੜੀ ਹੈ ਗੁਰੂ ਸਾਹਿਬਾਨ ਦੀ ਜਾਂ ਭਾਵੇਂ ਮੰਦਿਰ ਦੀ ਗੱਲ ਕਰ ਲਈਏ ਭਾਵੇਂ ਆਪਾਂ ਹੋਰ ਧਾਰਮਿਕ ਸਥਾਨਾਂ ਦੀ ਕਰ ਲਈਏ ਭਾਵੇਂ ਚਰਚ ਦੀ ਗੱਲ ਕਰ ਲਈਏ ਆਪਾਂ ਇਹ ਡੇ ਟੂ ਡੇ ਜਿਹੜੇ ਇਨਸੀਡੈਂਸ ਨੇ ਇਹ ਇਨਕਰੀਜ਼ ਹੋ ਰਹੇ ਨੇ ਇਹਨਾਂ ਦਾ ਲੈਵਲ ਵੱਧ ਰਿਹਾ ਹੈ ਹੁਣ ਇਹਦੇ ਚ ਆ ਕੇ ਮੈਂ ਦੱਸਣਾ ਚਾਹੁੰਨਾ ਕਿ 295ਏ ਦਾ ਜਿਹੜਾ ਪ੍ਰੋਵੀਜ਼ਨ ਹੈ ਇਹ ਸੈਕਸ਼ਨ 295 ਲੱਗਦੀ ਏ ਇਹਦੇ ਤੇ ਜਿਹੜਾ ਪ੍ਰੋਵੀਜ਼ਨ ਹੈ ਪ੍ਰੋਵੀਜ਼ਨ ਚ ਸਿਰਫ ਸਜ਼ਾ ਤੇ ਹੰਸਾਲੇ ਤੇ ਟ੍ਰਾਇਬਲ ਬਾਈ ਮੈਜਿਸਟ੍ਰੇਟ ਏ ਜਿਹੜੀ ਆਪਾਂ ਫਰਸਟ ਕੋਰਟ ਕਹ ਦਿੰਦੇ ਆ ਅਸੀਂ ਕੱਲ ਵੀ ਅਸੀਂ ਸਾਰੀ ਟੀਮ ਨੇ ਅਸੀਂ ਇੱਕ ਬੈਠ ਕੇ ਅਸੀਂ ਇੱਕ ਮੈਮੋਰੈਂਡਮ ਕਹਿ ਲਈਏ ਉਹਨੂੰ ਆਪਾਂ ਰਿਪ੍ਰেজੈਂਟੇਸ਼ਨ ਕਹਿ ਲਈ ਅਸੀਂ ਬਣਾ ਰਹੇ ਹਾਂ ਜਿਹਦੇ ਚ ਅਸੀਂ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੰਦਾ ਬੇਅਦਬੀ ਕਰਦਾ ਸਾਡੇ ਉਹ ਹਾਜ਼ਰ ਨਾਜ਼ਰ ਗੁਰੂ ਨੇ ਸੋ ਜੇਕਰ ਉਹ હાજર ਨਾજર ਗੁਰੂ ਦੀ ਆਕਰ ਕੋਈ ਬੰਦਾ ਬੇਅਦਬੀ ਕਰਦਾ ਹੈ ਜਾਂ ਅਟੈਂਪਟ ਵੀ ਕਰਦਾ ਹੈ ਤਾਂ ਉਹਦੇ ਚ ਆ ਕੇ ਅਸੀਂ ਇਹ ਗੱਲ ਕਹਿੰਦੇ ਆ ਭਾਵੇਂ ਉਹਦੀ ਗੱਲ ਕਰ ਲਾਂ ਮੈਂ ਬੈਲੈਂਸ ਭਾਵੇਂ ਆਪਾਂ ਮੰਦਰ ਦੀ ਗੱਲ ਕਰ ਲਈਏ ਭਾਵੇਂ ਆਪਾਂ ਚਰਚ ਦੀ ਗੱਲ ਕਰ ਲਈਏ ਭਾਵੇਂ ਆਪਾਂ ਮਸਜਿਦ ਦੀ ਗੱਲ ਕਰ ਲਈਏ ਕਿ ਜੇਕਰ ਕੋਈ ਬੰਦਾ ਆ ਕੇ ਬੇਅਦਬੀ ਕਿਸੇ ਧਾਰਮਿਕ ਸਥਾਨ ਤੇ ਕਰਦਾ ਹੈ ਤਾਂ ਉਹਦੇ ਚ ਆ ਕੇ ਜਿਹੜੇ ਪ੍ਰੋਵੀਜ਼ਨਸ ਆਫ ਲਾ ਨੇ ਉਹ ਇੰਨੇ ਸਖਤ ਹੋਣ ਜਿਵੇਂ ਫੋਰ ਐਗਜ਼ਾਮਪਲ ਗੱਲ ਕਰਦਾ ਕਿ ਘੱਟੋ ਘੱਟ ਜਿਹੜੀ ਸਜ਼ਾ ਉਹ ਲਾਈਫ ਇੰਪ੍ਰੀਜ਼ਨਮੈਂਟ ਉਹਦੇ ਚ 20 ਸਾਲੀ ਰਿਗਰਸ ਅਪ੍ਰੀਜ਼ਨਮੈਂਟ ਜਿੰਨੂੰ ਅਸੀਂ ਕਹਿੰਨੇ ਆ ਚੱਕੀਆਂ ਵਾਲੀ ਤੇ ਜਾਂ ਉਹਦੇ ਚ ਸਭ ਤੋਂ ਉੱਪਰਲਾ ਪ੍ਰੋਵੀਜ਼ਨ ਅਸੀਂ ਮੰਗ ਕਰਾਂਗੇ ਉਹ ਚ ਡੈਥ ਪਨਟੀ ਸੀ ਸੋ ਐਟ ਲੀਸਟ ਜਿਹੜੇ ਇਸ ਤਰੀਕੇ ਦਾ ਸਟੇਟ ਲੈਜਿਸਲੇਚਰਜ਼ ਜਿਹੜੇ ਬੈਠੇ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਜਾਂ ਡੀਜੀਪੀ ਸਾਹਿਬ ਨੂੰ ਅਪੀਲ ਹੈ ਕਿ ਐਟ ਲੀਸਟ ਜਿੰਨੇ ਵੀ ਤੁਸੀਂ ਰਿਪ੍ਰੀਜ਼ੈਂਟਮ ਜੋ ਕੋਈ ਇਸ ਤਰੀਕੇ ਦਾ ਆਪਾਂ ਬਿੱਲ ਲਿਆਈਏ ਕਿ ਜਿਹਦੇ ਨਾਲ ਐਟ ਲੀਸਟ ਕੋਈ ਬੰਦਾ ਜਾ ਤੱਕ ਨਾ ਕਰਨ ਦੀ ਸੋਚੇ ਕਿ ਮੈਂ ਇਹ ਵੀ ਚੀਜ਼ ਜੜੀ ਇਹ ਕਰ ਸਕਦਾ ਸੋ ਇਸ ਤਰੀਕੇ ਨਾਲ ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਐਂਤਵਾਰ ਅਤੇ ਸੋਮਵਾਰ ਦੇ ਦਰਮਿਆਨੀ ਰਾਤ ਨੂੰ ਗੜਸ਼ੰਕਰ ਦੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਉੱਤੇ ਹੁੰਦਾ ਕੀ ਹੈ ਕਿ ਇੱਕ ਵਿਅਕਤੀ ਚੋਰੀ ਦੇ ਮਕਸਦ ਨਾਲ ਕਹਿ ਲਿਆ ਜਾਵੇ ਵੀਡੀਓ ਜਿਹੜੀ ਸੀਸੀਟੀਵੀ ਕੈਮਰੇ ਦੀ ਆਈਆਂ ਨੂੰ ਉੱਚ ਲੱਗਦਾ ਕਿ ਚੋਰੀ ਦੇ ਮਕਸਦ ਨਾਲ ਆਇਆ ਪਰ ਜੁੱਤੀਆਂ ਪਾ ਕੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਰਾਜਮਾਨ ਹੁੰਦੇ ਨੇ ਉਸ ਥਾਂ ਤੱਕ ਪਹੁੰਚ ਜਾਂਦਾ ਗੋਲਕ ਚੋਰੀ ਕਰਦਾ ਜਾਂ ਨੰਗਾ ਸਰਾ ਕਿ ਇਹਨਾਂ ਨੂੰ ਵੀ ਬੇਅਦਬੀ ਦੀ ਹੀ ਜਿਹੜੇ ਵਿਜ਼ਨਾਂ ਦੇਖਿਆ ਜਾਣਾ ਚਾਹੀਦੇ ਇਹਨੂੰ ਚੋਰੀ ਦੇ ਵਿਜ਼ਨਾਂ ਦੇਖਿਆ ਜਾ ਤਕੋ ਮੇਰੀ ਮੇਰੀ ਗੱਲ ਸੁਣੋ ਤੁਸੀਂ ਮੈਂ ਇੱਕ ਇੱਕ ਨਾ ਸਾਡੇ ਕਾਨੂੰਨ ਹੈ ਉਹ ਕਹਿੰਦੇ ਕਿ ਆਫਟਰ ਸਨਸੈਟ ਸਨਸੈਟ ਬਿਫੋਰ ਸਨਰਾਈਜ਼ ਜੇਕਰ ਕੋਈ ਬੰਦਾ ਕਿਸੇ ਦੇ ਘਰ ਇਹ ਤਾਂ ਚਲੋ ਸਾਡਾ ਬਹੁਤ ਸਾਰੂਚੋ ਸਥਾਨ ਗੁਰਦੁਆਰਾ ਸਾਹਿਬ ਮੰਦਿਰ ਮਸਜਿਦੇ ਬਹੁਤ ਸਾਡੀ ਸਰਕਾਰਯੋਗ ਥਾਵਾਂ ਨੇ ਜੇਕਰ ਕੋਈ ਬੰਦਾ ਜਿਵੇਂ ਤੁਸੀਂ ਦੱਸਿਆ ਵੀ ਜੁੱਤੀ ਪਾ ਕੇ ਰਾਤ ਨੂੰ ਜਿਵੇਂ ਦਰਵਾਜ਼ਾ ਤੋੜ ਕੇ ਅੰਦਰ ਆਉਂਦਾ ਤਾਂ ਉਹਦੇ ਚ ਅਸੀਂ ਉਹਨੂੰ ਉਹਨੂੰ ਅਸੀਂ ਹਾਊਸ ਬ੍ਰੇਕਿੰਗ ਦੀ ਪ੍ਰੋਵੀਜ਼ਨ ਹੈ 458 460 ਦਾ ਪ੍ਰਵੀਜ਼ਨ ਪਿਆ ਹੈ ਠੀਕ ਹੈ ਹੁਣ ਉਹਦੇ ਚ ਸਜ਼ਾ ਜਿਹੜੀ ਹੈ ਉਹ 14 ਸਾਲ ਹੈ ਪਰ ਇੱਥੇ ਆ ਕੇ ਕੱਲੀ ਮੇਰਾ ਇਹ ਨਹੀਂ ਵੀ ਕੱਲਾ ਉਹ 14 ਸਾਲ ਦੀ ਗੱਲ ਨਹੀਂ ਗੱਲ ਇਹ ਹੈ ਕਿ ਜਿਹੜਾ ਬੰਦਾ ਭਾਵੇਂ ਅੰਦਰ ਆ ਕੇ ਚੋਰੀ ਕਰਦਾ ਹੈ ਪਰਪਸ ਉਹਦਾ ਚੋਰੀ ਕਰਦਾ ਹੈ ਪਰ ਬੇਅਦ ਵੀ ਗੁਰੂ ਸਾਹਿਬ ਸਾਡਿਆਂ ਦੀ ਇਸ ਗੱਲ ਦੀ ਏ ਕਿ ਜਿਹੜਾ ਬੰਦਾ ਜੁੱਤੀ ਪਾ ਕੇ ਜਿੱਥੇ ਆ ਕੇ ਅਸੀਂ ਆਪਣਾ ਅਸੀਂ ਆਪਣਾ ਅਸੀਂ ਨਾਕ ਰਕੜਦੇ ਆਂ ਅਸੀਂ ਸਿਰ 100-100 ਵਾਰੀ ਅਸੀਂ ਸਿਰ ਝਕਾਉਂਦੇ ਆ ਉੱਥੇ ਜੇਕਰ ਅੰਦਰ ਜਾ ਕੇ ਕੋਈ ਜੁੱਤੀ ਪਾ ਕੇ ਜਾਂਦਾ ਜਾਂ ਉੱਥੇ ਜਾ ਕੇ ਉਹ ਗੋਲਕ ਦੇ ਵਿੱਚੋਂ ਗੁਰੂ ਦੀ ਗੋਲਕ ਚੋਂ ਉਹ ਚੋਰੀ ਕਰਦਾ ਤਾਂ ਮੈਂ ਸਿੱਧੀ ਗੱਲ ਕਹਿੰਦਾ ਕਿ ਇਹ ਸਿੱਧੇ ਪ੍ਰਵੀਜ਼ਨ ਜਿਹੜੇ ਨੇ ਉਹ ਬੇਅਦਬੀ ਦੇ ਜਿਹੜੇ ਨੇ ਉਹ ਫਾਲ ਕਰਦੇ ਨੇ ਹਾਂ ਸੋਦ ਇਸ ਗੱਲ ਦੀ ਜਰੂਰ ਮੰਗਦੇ ਆ ਕਿ ਯਾਰ ਘੱਟੋ ਘੱਟ ਤੁਸੀਂ ਇਸ 3 ਸਾਲ ਦੀ ਜਿਹੜੀ ਸਜ਼ਾ ਇਹ ਅਸੀਂ ਸੌਰੀ ਚੀਜ਼ ਨੂੰ ਬੜਾ ਅਸੀਂ ਸੈਂਸਿਟਿਵ ਇਸ਼ੂ ਹੈ ਔਰ ਮੈਂ ਤੁਹਾਨੂੰ ਤੁਹਾਡੇ ਚ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਕਿ ਇਹਦੇ ਚ ਮੈਂ ਨਹੀਂ ਕੱਲਾ ਕਿ ਮੈਂ ਆ ਮੈਂ ਕਹਿੰਦਾ ਕਿ ਜਿੰਨੀਆਂ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਜਿੰਨੇ ਸਾਡੇ ਲਾਇਰਜ਼ ਨੇ ਸਾਰੇ ਕਲੈਕਟਿਵਲੀ ਆਪਾਂ ਮੈਂ ਕਹਿੰਦਾ ਆਪਾਂ ਮਿਲੀਅਨਸ ਦੇ ਵਿੱਚ ਮਿਲਣਾ ਕਰੀਏ ਤੇ ਆਪਾਂ ਕੁਛ ਨਾ ਕੁਛ ਇਸ ਤਰੀਕੇ ਦਾ ਖਰੜਾ ਤਿਆਰ ਕਰਵਾ ਦਈਏ ਕਿ ਜਿਹਦੇ ਨਾਲ ਕੋਈ ਬੰਦਾ ਉਹਦੇ ਦਿਮਾਗ 'ਚ ਇਹ ਖਿਆਲ ਤੱਕ ਵੀ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ ਕਿਦਾਂ ਸਜਾਵਾ ਆਪਾਂ ਕਰ ਦਈਏ ਫਿਰ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਿਤਨਾ ਕਿਤੇ ਜਿਹੜਾ ਬੇਅਦਬੀ ਵਾਲਾ ਮਾਮਲਾ ਇੱਕ ਬੜਾ ਸੈਂਸਿਟਿਵ ਇਸ਼ੂ ਏ ਇਹ ਇਹਨੂੰ ਕਿਤਨਾ ਕਿਤੇ ਠੱਲ ਪਾਉਣ ਦੇ ਵਿੱਚ ਅਸੀਂ ਸਫਲਤਾ ਪੈਦਾ ਮਤਲਬ ਲਮਾਂਗੇ ਕਿਉਂਕਿ ਜਿਹੜੀਆਂ ਅਜਿਹੀਆਂ ਘਟਨਾਵਾਂ ਜਿਵੇਂ ਜਿਹੜੀ ਕਪੂਰਥਲ ਦੀ ਘਟਨਾ ਅਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹ ਅਜਿਹੀਆਂ ਘਟਨਾਵਾਂ ਦੇ ਪਿੱਛੇ ਜਿਹੜੀਆਂ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀਆਂ ਬੇਵੱਦੀਆਂ ਉਸ ਤੋਂ ਬਾਅਦ ਉਹਨਾਂ ਦਾ ਇਨਸਾਫ ਨਾ ਮਿਲਣਾ ਅਤੇ ਇਨਸਾਫ ਨਾ ਮਿਲਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਆਖਰ ਜਿ ਉਸ ਦੇ ਵਿੱਚ ਤਾਂ ਪੁਲਿਸ ਨੇ ਨਿਸ਼ਾਨਦੇਹੀ ਕਰਕੇ ਸਾਰੇ ਬੰਦੇ ਚੱਕ ਲਏ ਕਿਹਨਾਂ ਨੇ ਸੇਪ ਚੋਰੀ ਕੀਤੇ ਨੇ ਪਰ ਬੁਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੋਰੀ ਹੁੰਦੀ ਹੈ ਨੇ ਅਜੇ ਤੱਕ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਹੋ ਸਕੀ ਕਿ ਆਖਰ ਉਹ ਸਰੂਪ ਕਿਹਨਾਂ ਨੇ ਚੋਰੀ ਕੀਤੇ ਨੇ ਉਹ ਕੌਣ ਨੇ ਉਸ ਮਾਮਲੇ ਨੂੰ ਕਦੇ ਵੀ ਇੰਨਾ ਹਾਈਲਾਈਟ ਜਾਂ ਇਸ ਢੰਗ ਦੇ ਨਾਲ ਇਨਵੈਸਟੀਗੇਟ ਨਹੀਂ ਲੱਗਦਾ ਨਹੀਂ ਕੀਤਾ ਗਿਆ ਚਾਹੇ ਐਸਆਈਟੀਆਂ ਬਣਦੀਆਂ ਰਹੀਆਂ ਨੇ ਪਰ ਜਾਂਚ ਨਹੀਂ ਕਰੇ ਸਿਰੇ ਚੜੀ ਦੇਖੋ ਮੈਨੂੰ ਇਹ ਲੱਗਦਾ ਵੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਨਾ ਜੀ ਬੜਾ ਤੁਸੀਂ ਸਵਾਲ ਬਹੁਤ ਸੋਹਣਾ ਫੇਰ ਪੁੱਛਿਆ ਪੰਜਾਬ ਪੁਲਿਸ ਨੂੰ ਮੈਨੂੰ ਲੱਗਦਾ ਵੀ ਐਟ ਲੀਸਟ ਜਿੰਨਾ ਟਾਈਮ ਤੱਕ ਵੀ ਆਪਾਂ ਉਹਦਾ politican influence ਕਹਦੇ ਨੇ ਅਜਿਹਨੂੰ ਆਪਾਂ ਠੀਕ ਹੈ politican ਦਬਾਅ ਹੁਣ ਫੋਰ ਐਗਜ਼ਾਮਪਲ ਕਿਸੇ ਬੰਦੇ ਨੇ ਕੋਈ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਤਾਂ ਸਭ ਤੋਂ ਪਹਿਲਾਂ ਮੈਂ ਕਹਿਣਾ ਨਹੀਂ ਚਾਹੁੰਦਾ ਮੋਸਟਲੀ ਜਿੰਨੀ ਸਾਡੀ ਲੋਕਲ ਪੁਲਿਸ ਹੈ ਉਹਨਾਂ ਨੂੰ politican ਬੰਦੇ ਦਾ ਫੋਨ ਜਾਂਦਾ ਕਿ ਯਾਰ ਇਹ ਮੇਰਾ ਬੰਦਾ ਤੁਸੀਂ ਮੈਂ ਕਾਈਂਡਲੀ ਨਾ ਕੋਈ ਐਕਸ਼ਨ ਲਿਓ ਹੁਣ ਉੱਥੇ ਆ ਕੇ ਕੀ ਹੋਇਆ ਕਿ ਜਿਹੜੀ ਪੁਲਿਸ ਨੇ ਜਿਹੜਾ ਐਕਟੈਂਡ ਕੰਡਕਟ ਮੈਂ ਇਹ ਨਹੀਂ ਕਿ ਮੈਂ ਪੁਲਿਸ ਦੇ ਅਗੇਂਸਟ ਅਸੀਂ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਮੈਨੂੰ ਲੱਗਦਾ ਵੀ ਸਾਰੇ ਇੰਡੀਆ ਦੇ ਵਿੱਚ ਜਿਹੜੀ ਸਭ ਤੋਂ ਬਿਹਤਰੀਨ ਗੁੱਡ ਜਿਹੜੀ ਮਤਲਬ ਸਰਵਿਸਿਸ ਦੇ ਲਈ ਮਸ਼ਹੂਰ ਹੈ ਉਹ ਪੰਜਾਬ ਪੁਲਿਸ ਹੈ ਮੈਂ ਗੱਲ ਕਹਿਣਾ ਕਿ ਆਪਾਂ ਪੰਜਾਬ ਪੁਲਿਸ ਨੂੰ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਬਹੁਤ ਐਫੀਸ਼ੀਐਂਟ ਬਹੁਤ ਕੰਪੀਟੈਂਟ ਆਫੀਸਰ ਨੇ ਸੋ ਮੈਨੂੰ ਇਹ ਲੱਗਦਾ ਵੀ ਪੁਲਿਸ ਨੂੰ ਜਿਹੜਾ ਇੱਕ ਇੰਡੀਪੈਂਡੈਂਟ ਤਰੀਕੇ ਦੇ ਨਾਲ ਕੰਮ ਕਰਨ ਦੇਣ ਦੇਖੋ ਜਦੋਂ ਕਿਤੇ ਬੇਅਦਬੀ ਹੁੰਦੀ ਹੈ ਜਾਂ ਜੇ ਮੈਂ ਤੁਸੀ ਆ ਛੋਟੀ ਘਟਨਾ ਦੱਸੀ ਐ ਸੇਬਾਂ ਵਾਲੀ ਕੋ ਘਟਨਾ ਦੱਸੀ ਜਾਂ ਕੋਈ ਹੋਰ ਕਿਤੇ ਕੋਈ ਮਰਡਰ ਹੋ ਗਿਆ ਕੋਈ ਰੇਪ ਹੋ ਗਿਆ ਉੱਥੇ ਮੈਨੂੰ ਲੱਗਦਾ ਵੀ ਜਿਹੜੀ ਪੁਲਿਸ ਹੈ ਪੁਲਿਸ ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਦੇ ਦੇ ਰਹੇ ਪੋਲਿਟਿਕਲ ਲੋਕ ਜਿਸ ਤਰੀਕੇ ਦੇ ਨਾਲ ਅਸੀਂ ਲੋਕ ਐਕਸਪੈਕਟ ਕਰਦੇ ਹਾਂ ਹੁਣ ਦੇਖੋ ਮੈਂ ਇੱਥੇ ਤੁਹਾਨੂੰ ਉਦਾਹਰਣ ਦੇਣਾ ਫੋਰਨ ਕੰਟਰੀ ਤੇ ਵਿੱਚ ਕੀ ਹੈ ਮੰਨ ਲਓ ਕਿਤੇ ਅਫੈਂਸ ਕਮਿਟ ਹੋ ਗਿਆ ਉਹਨਾਂ ਨੇ ਕੀ ਕਰਨਾ ਹੈ ਕਿ ਤੁਹਾਨੂੰ ਸਿੰਪਲ ਉਹਨਾਂ ਨੇ ਪੁਲਿਸ ਸਟੇਸ਼ਨ ਬੁਲਾਣਾ ਜਾਂ ਤੁਹਾਨੂੰ ਫੋਨ ਦੇ ਉੱਪਰ ਇਹਨਾਂ ਨੇ ਪੁੱਛ ਲੈਣਾ ਵੀ ਸਰ ਤੁਸੀਂ ਆਪਣਾ ਪਲੀਜ਼ ਦੱਸੋ ਕੀ ਹੈ ਉਹ ਤੁਹਾਨੂੰ ਅਸੈਸ ਕਰਦੇ ਨੇ ਹਫਤਾ 10 ਦਿਨ 15 ਦਿਨ ਤੁਹਾਡੀ ਅਰੈਸਟ ਨਹੀਂ ਪਾਉਂਦੇ ਉਹ ਤੁਹਾਡਾ ਜਿਹੜਾ ਰੋਲ ਏ ਉਹਦੀ ਜਿਹੜੀ ਅਸੈਸਮੈਂਟ ਏ ਉਹ ਐਕਚੁਅਲ ਅਸੈਸਮੈਂਟ ਕਰਦੇ ਨੇ ਕਿ ਇਸ ਬੰਦੇ ਦਾ ਕੋਈ ਰੋਲ ਹੈਗਾ ਤੇ ਜੇ ਤਾਂ ਰੋਲ ਕੋਈ ਆਂਦਾ ਵਿੱਚ ਮੈਲਾਫਾਈਡ ਜਾਂ ਕੋਈ ਉਹਦੀ ਕੋਈ ਨੈਗਲੀਜੈਂਟ ਨਿਕਲ ਕੇ ਆਉਂਦੀ ਏ ਸਾਹਮਣੇ ਤਾਂ ਫਿਰ ਤਾਂ ਉਹਨੂੰ ਉਹ ਬਲਾ ਕੇ ਉਹਨੂੰ ਜਿਹੜਾ ਫਰਦਰ ਪ੍ਰੋਸੈਸ ਆਫ ਲਾਅ ਉਹ ਫਾਲੋ ਕਰਦੇ ਨੇ ਸਾਡੇ ਮੁਲਕ ਦੇ ਵਿੱਚ ਅਸੀਂ ਗੇੜ ਪੁੱਠਾ ਚਲਾਇਆ ਅਸੀਂ ਪਹਿਲਾਂ ਕੀ ਕਰਦੇ ਹਾਂ ਪਹਿਲਾਂ ਅਸੀਂ ਬੰਦੇ ਦੀ ਅ ਰੈਸਪੌਂਡ ਤੋਂ ਬਾਅਦ ਫਿਰ ਅਸੀਂ ਫਰਦਰ ਤਫਤੀਸ਼ ਕਰਦੇ ਹਾਂ ਸੋ ਇੱਥੇ ਆ ਕਿ ਜਿਹੜੇ ਕਿਸੇ ਬੰਦੇ ਦੀ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ ਵੀ ਜੇਕਰ ਕਿਸੇ ਫੈਨਸ 'ਚ ਕੋਈ ਨਿਰਦੋਸ਼ ਬੰਦਾ ਹੈ ਜਿਵੇਂ ਉਹਨਾਂ 302 ਵਾਲੇ ਕੇਸ ਦੇ ਵਿੱਚ ਬੇ ਪਹਿਲਾਂ ਬੇਅਦਬੀ ਬਾਅਦ 'ਚ ਜਿਹੜੀ ਆਪਾਂ ਬਰਜੰਦਰ ਸਿੰਘ ਪਰਵਾਨੇ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਉਹਨਾਂ ਨੂੰ ਇਹ ਚਾਹੀਦਾ ਵੀ ਘੱਟੋ ਘੱਟ ਕਿਸੇ ਵੀ ਬੰਦੇ ਨੂੰ ਅਸੀਂ ਸਾਰੇ ਪਰਿਵਾਰਾਂ 'ਚ ਰਹਿਣ ਵਾਲੇ ਆਪਾਂ ਲੋਕਾਂ ਦੇਖੋ ਪਰਚੇ ਦਰਜ ਕਰਕੇ ਅਰੇਸਟਾਂ ਪਾ ਕੇ ਜੇ ਤੁਸੀਂ ਕਹੋ ਵੀ ਮਸਲਿਆਂ ਦਾ ਹੱਲ ਕਰ ਲਾਂਗੇ ਕੋਈ ਮਸਲੇ ਦਾ ਹੱਲ ਹੋਣਾ ਨਹੀਂ ਸੋ ਸਾਡੀ ਮੈਂ ਇੱਕ ਦਰਖਾਸਤ ਕਰ ਸਕਦਾ ਕਿ ਐਟ ਲੀਸਟ ਤੁਸੀਂ ਕਿਸੇ ਵੀ ਬੰਦੇ ਨੂੰ ਰੈਸਟ ਕਰਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਦੇਖੋ ਵੀ ਕੀ ਇਸ ਬੰਦੇ ਦਾ ਕੀ ਐਕਟਿਵ ਰੋਲ ਹੈ ਸੋ ਇਹਨਾਂ ਜੇਕਰ ਅਸੀਂ ਤੁਸੀਂ ਕਹੋ ਵੀ ਇਹਨਾਂ 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 ਥਿਉਰੀਆਂ ਦੇ ਉੱਪਰ ਅਸੀਂ ਜੇਕਰ ਕੋਈ ਕੋਈ ਕੁਛ ਨਾ ਕੁਛ ਕੰਮ ਕਰਾਂਗੇ ਇੱਕ ਜਿਵੇਂ ਸਾਨੂੰ ਪਤਾ ਲੱਗਦਾ ਹੈ ਦੇਖੋ ਇੰਨੀਆਂ-ਇੰਨੀਆਂ ਵੱਡੀਆਂ ਰੂਟੀਨ ਦੇ ਵਿੱਚ ਸੁਪਰੀਮ ਕੋਰਟ ਨੇ ਕਾਨੂੰਨ ਸੈੱਟ ਕਰਤੇ ਅ ਇਨੇ ਹੋ ਗਏ ਰੂਟੀਨ ਤੇ ਵਿੱਚ ਅੱਜ ਵੀ ਸੀਆਈ ਸਟਾਫ ਦੇ ਵਿੱਚ ਮੇਰੇ ਕੋਲ ਰੂਟੀਨ ਚ ਲੋਕ ਹੁੰਦੇ ਨੇ ਪਰ ਮੈਨੂੰ ਇਹ ਲੱਗਦਾ ਕਈ ਲੋਕ ਸਾਨੂੰ ਕਹਿੰਦੇ ਨੇ ਯਾਰ ਵਕੀਲ ਸਾਹਿਬ ਯਾਰ ਤੁਸੀਂ ਵਕਾਲਤ ਕਰੋ ਕਈ ਮੇਰੇ ਕਈ ਸਾਰਾਂ ਦੋਸਤਾਂ ਦਾ ਫੋਨ ਆਉਂਦਾ ਵੀ ਤੁਸੀਂ ਕਿਉਂ ਯਾਰ ਪੁਲਿਸ ਦੇ ਨਾਲ ਕਿਉਂ ਆਪਾਂ ਦੁਸ਼ਮਣੀ ਲੈਣੀ ਹੈ ਕਿਸੇ ਨਾਲ ਕਿਉਂ ਆਪਾਂ ਦੁਸ਼ਮਣੀ ਲੈਣੀ ਹੈ ਪਰ ਸਾਰੇ ਇੱਥੇ ਆ ਕੇ ਰੂਟੀਨ ਚ ਲੋਕ ਰਹੁੰਦੇ ਨੇ ਕਿ ਜੀ ਮੈਨੂੰ ਸੀਆਈ ਸਟਾਫ ਮੇਰੇ ਕਰੰਟ ਲਾਤਾ ਜੀ ਮੇਰੇ ਫਲਾਣਾ ਕਰਤਾ ਮੈਨੂੰ ਆਹ 3 ਡਿਗਰੀ ਟੌਰਚਰ ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਕਦੋਂ ਸਦਾਰ ਹੋਏਗਾ ਹਣਾ ਸੋ ਐਟ ਲੀਸਟ ਮੈਨੂੰ ਇਹ ਲੱਗਦਾ ਵੀ ਕੋਈ ਮਾਹੌਲ ਆਪਾਂ ਇਸ ਤਰੀਕੇ ਦਾ ਸਰਜੀਏ ਜਿਹਦੇ ਨਾਲ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡੇ ਮਾਮਲੇ ਨੇ ਬੇਰੁਜ਼ਗਾਰੀ ਬਹੁਤ ਵੱਡਾ ਹੈ ਸਾਡਾ ਜਿੰਨਾ ਯੂਥ ਹੈ ਪੰਜਾਬ ਦਾ ਉਹ ਸਾਰਾ ਕੈਨੇਡਾ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਸਾਰੇ ਬਾਹਰਲੇ ਮੁਲਕਾਂ ਚ ਬੱਚੇ ਭੱਜ ਰਹੇ ਨੇ ਬੱਚੇ ਭੱਜ ਕੇ ਹੋ ਰਹੇ ਨੇ ਤੇ ਪਿੱਛੇ ਆਪਾਂ ਕਦੀ ਸਵਾਲ ਖੜਾ ਕੇ ਸੋਚਿਆ ਆਪਾਂ ਕਦੀ ਬੱਚੇ ਤਾਂ ਭੱਜ ਰਹੇ ਨੇ ਕਿਉਂਕਿ ਇੱਥੇ ਕਿਸੇ ਵੀ ਚੀਜ਼ ਦੀ ਕੋਈ ਸ਼ੋਰਟੀ ਨਹੀਂ ਕੋਈ ਸਿਉਰਟੀ ਨਹੀਂ ਕੋਈ ਬੰਦਾ ਫੀਲ ਕਰਦਾ ਕਿਸੇ ਨੂੰ ਆਪਣੇ ਆਪ ਕੋਈ ਕੋਈ ਆਪਣੇ ਆਪ ਨੂੰ ਇਹ ਨਹੀਂ ਸਮਝਦਾ ਵੀ ਅਸੀਂ ਸੁਰੱਖਿਆ ਤਾਂ ਇੱਥੇ ਨਾ ਫ ਸੋ ਨਾ ਤੋਂ ਇਲਾਵਾ ਗੈਂਗਸਟਰਾਂ ਦਾ ਬਹੁਤ ਵੱਡਾ ਮਾਮਲਾ ਹੈ ਉਸ ਤੋਂ ਇਲਾਵਾ ਚਲੋ ਮੈਂ ਸਭ ਤੋਂ ਵੱਡਾ ਮਾਮਲਾ ਤੇ ਹੁਣ ਇਹ ਬੇਅਦਬੀਆਂ ਦਾ ਵੀ ਮਾਮਲਾ ਹੈ ਉਹ ਭਾਵੇਂ ਮੰਦਿਰ ਦੀ ਹੈ ਭਾਵੇਂ ਮਸਜਿਦ ਦੀ ਹੈ ਭਾਵੇਂ ਗੁਰਦੁਆਰਾ ਸਾਹਿਬ ਦੀ ਸੋ ਮੈਨੂੰ ਇਹ ਲੱਗਦਾ ਵੀ ਸਰਕਾਰ ਨੂੰ ਬਹੁਤ ਗੰਭੀਰਤਾ ਦੇ ਨਾਲ ਇੱਕ ਸੈਲਫ ਇਨਵੈਸਟੀਗੇਸ਼ਨ ਜਿਹਨੂੰ ਆਪਾਂ ਕਹ ਦਿੰਦੇ ਆ ਮਤਲਬ ਇੱਕ ਚੰਗੀ ਜਾਂਚ ਉਹ ਕਰਨੀ ਚਾਹੀਦੀ ਹੈ ਵੀ ਕਿਹੜੇ ਪੰਜਾਬ ਦੇ ਅਸਲ ਮਸਲੇ ਨੇ ਕਿਹੜੇ ਮਸਲਿਆਂ ਦੇ ਉੱਪਰ ਅਸੀਂ ਪ੍ਰਾਇਓਰਟੀ ਦੇ ਬੇਸ ਦੇ ਉੱਪਰ ਕੰਮ ਕਰੀਏ ਸੋ ਮੈਨੂੰ ਲੱਗਦਾ ਵੀ ਜੇਕਰ ਕੁਝ ਇਸ ਤਰੀਕੇ ਦੇ ਸਰਕਾਰ ਕਦਮ ਚੁੱਕੇਗੀ ਤਾਂ ਅਸੀਂ ਵੀ ਸਾਰੇ ਸਰਕਾਰ ਦੇ ਨਾਲ ਅਸੀਂ ਉਹਨਾਂ ਨੂੰ ਸਾਥ ਦੇਣ ਨੂੰ ਬੈਠੇ ਹਾਂ ਸੋ ਅਸੀਂ ਵੀ ਸਾਰੇ ਸਾਥ ਦੇਵਾਂਗੇ ਸੋ ਇਸ ਤਰੀਕੇ ਦੇ ਜੇਕਰ ਕਦਮ ਚੁੱਕਣਗੇ ਤਾਂ ਤਾਂ ਮੈਨੂੰ ਲੱਗਦਾ ਵੀ ਕੱਲ ਸਾਡਾ ਜਿਹੜਾ ਪੰਜਾਬ ਇੱਕ ਖੁਸ਼ਹਾਲ ਪੰਜਾਬ ਬਣ ਕੇ ਨਿਕਲੇਗਾ ਜਿਹਦੀ ਬਜਿੰਦਰ ਸਿੰਘ ਪਰਵਾਨਾ ਜੀ ਉਹਨਾਂ ਦੀ ਹੁਣ ਜਮਾਨਤ ਹੋਈ ਹੈ ਉਹਨਾਂ ਉੱਤੇ ਇੱਕ ਇਹ ਵੀ ਅਲੀਗੇਸ਼ਨ ਨੇ ਕਿ ਜਿਵੇਂ ਹੁਣ ਮੈਂ ਜਾਨਣਾ ਚਾਹੁੰਨਾ ਕਿ ਆਖਰ ਕੇਸ ਕਿੰਨੇ ਨੇ ਕਿ ਕਿਹਨੋਂ ਇਹ ਵੀ ਅਲੀਗੇਸ਼ਨ ਲਾਏ ਜਾ ਰਹੇ ਨੇ ਕਿ ਬਾਹਰੋਂ ਪੈਸਾ ਆਇਆ ਉਸ ਕਰਕੇ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ ਤਾਂ ਜ਼ਮਾਨਤ ਨਹੀਂ ਮਿਲ ਰਹੀ। ਦੇਖੋ ਮੇਰੀ ਗੱਲ ਸੁਣੋ ਅ ਵੀਰ ਜੀ ਜੇਕਰ ਆਪਾਂ ਗੱਲ ਬਾਹਰੋਂ ਪੈਸੇ ਦੀ ਕਰੀਏ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਭਾਈ ਬਰਜਿੰਦਰ ਸਿੰਘ ਪਰਵਾਨ ਨੇ ਇੱਕ ਸਪੈਸ਼ਲ ਉਹਨਾਂ ਨੇ ਇੱਕ ਆਪਣੀ ਸੰਸਥਾ ਜਿਹੜੀ ਉਹ ਰਜਿਸਟਰਡ ਕਰਵਾਈਏ ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਉਹ ਗਰੀਬ ਬੱਚਿਆਂ ਨੂੰ ਪੈਸੇ ਗਰੀਬ ਲੜਕੀਆਂ ਦੇ ਵਿਆਹ ਦੇਖੋ ਆਪਾਂ ਇੱਕ ਕਿਸੇ ਨਾ ਸੋਸ਼ਲ ਮੀਡੀਆ ਦੇ ਉੱਪਰ ਮੈਂ ਇੱਕ ਚ ਕਿ ਆਪਾਂ ਕਈ ਵਾਰੀ ਆਪਾਂ ਕਿਸੇ ਦੀ ਇਮੇਜ ਕੁਝ ਹੋਰ ਤਰੀਕੇ ਦੀ ਬਣਾ ਲੈਨੇ ਆ ਪਰ ਉਹਦੇ ਪਿੱਛੇ ਆਪਾਂ ਜੇਕਰ ਆਪਾਂ ਉਹਨੂੰ ਡੀਪ ਚ ਦੇਖਦੇ ਆ ਤਾਂ ਉਹਦੇ ਪਿੱਛੇ ਆਪਾਂ ਉਹਦੇ ਜਿਹੜੇ ਚੰਗੇ ਕੰਮ ਨੇ ਆਪਾਂ ਨੂੰ ਉਹ ਵੀ ਸਾਰੇ ਕੰਸੀਡਰ ਕਰਨੇ ਚਾਹੀਦੇ ਨੇ ਠੀਕ ਹੈ ਸੋ ਉਹਦੇ ਤੇ ਜਿਹੜੀ ਗੱਲ ਫੰਡਿੰਗ ਦੀ ਹੈ ਜਿੰਨਾ ਵੀ ਪੈਸਾ ਦੇਖੋ ਫੰਡਿੰਗ ਦਾ ਮਤਲਬ ਕੀ ਹੈ ਕਿ ਜੇਕਰ ਮੈਂ ਅੱਜ ਕੋਈ ਚੰਗੀ ਸੰਸਥਾ ਚਲਾ ਰਿਹਾ ਮੈਂ ਬੀਇੰਗ ਲਾਇਰ ਹਾਂ ਮੈਂ ਭਾਰਤ ਸਰਕਾਰ ਨੂੰ ਜੋ ਮੇਰਾ ਇਨਕਮ ਟੈਕਸ ਮੈਨੂੰ ਵੀ ਲੋਕ ਬਾਹਰੋਂ ਹਾਇਰ ਕਰਦੇ ਨੇ ਮੈਂ ਵੀ ਮੈਨੂੰ ਵੀ ਲੀਗਲ ਫੀਸ ਲੋਕ ਦਿੰਦੇ ਨੇ ਪਰ ਮੇਰਾ ਫਰਜ਼ੇ ਬਣਦਾ ਵੀ ਜਿੰਨੇ ਮੈਨੂੰ ਲੀਗਲ ਫੀਸ ਆਈਏ ਮੈਂ ਉਹਦਾ ਇਨਕਮ ਟੈਕਸ ਪੇ ਕਰਾਂ ਹੁਣ ਭਾਈ ਪ੍ਰਜਿੰਦਰ ਸਿੰਘ ਪਰਵਾਨਾ ਦੇ ਜੇਕਰ ਅਕਾਊਂਟਸ 'ਚ ਪੈਸਾ ਆਇਆ ਮੰਨ ਲਓ ਕੁਝ 2 ਪੈਸੇ ਆਏ ਵੀ ਨਹੀਂ ਅਸੀਂ ਮੰਨਦੇ ਆ ਤਾਂ ਉਹ ਪੈਸੇ ਦੇ ਅਗੇਂਸਟ ਜੇਕਰ ਉਹ ਇਨਕਮ ਟੈਕਸ ਪੇ ਕਰਦੇ ਨੇ ਔਰ ਕਿਸੇ ਬੰਦੇ ਨੇ ਅਜੇ ਤੱਕ ਉਹਨਾਂ ਦੀ ਸ਼ਿਕਾਇਤ ਨਹੀਂ ਕੀਤੀ ਵੀ ਮੇਰੇ ਪੈਸੇ ਦੀ ਦੁਰਵਰਤੋਂ ਹੋਈ ਏ ਇਹਦੇ 'ਚ ਮਾੜੀ ਗੱਲ ਕੀ ਠੀਕ ਹੈ ਸੋ ਸਾਡੇ ਦੇਖੋ ਜੇਕਰ ਕੋਈ ਐਡਾ ਆਬਜੈਕਸ਼ਨੇਬਲ ਕੋਈ ਮਾਨਯੋਗ ਹਾਈ ਕੋਰਟ ਨੂੰ ਜਾਂ ਥਲੜੇ ਜਿਹੜੇ ਪਟਿਆਲਾ ਕੋਰਟ ਦੇ ਜੱਜ ਨੇ ਜਾਂ ਪਿਛਲੇ ਅਸੀਂ ਮੁਹਾਲੀ ਕੋਰਟ ਤੋਂ ਅਸੀਂ ਬੇਲਾਂ ਕਰਵਾਈਆਂ ਨੇ ਜੇ ਕਿਸੇ ਮਾਨਯੋਗ ਜੱਜ ਸਾਹਿਬ ਨੂੰ ਇਸ ਚੀਜ਼ ਦਾ ਤਰਾਜ ਹੁੰਦਾ ਤਾਂ ਉਹ ਕਿਉਂ ਬੇਲ ਦਿੰਦੇ ਸੋ ਇਹ ਸਾਰੇ ਸਾਡੇ ਲੰਮੇ ਐਟ ਲੈਂਥ ਸਾਡੇ ਆਰਗੂਮੈਂਟਸ ਸੁਣ ਤੋਂ ਬਾਅਦ ਕੋਈ ਮਾਮਲਾ ਇਹ ਹੈ ਜਾਂ ਅਜੇ ਹੀ ਫੰਡਿੰਗ ਦਾ ਨਹੀਂ ਜਿਹੜੀ ਆਬਜੈਕਸ਼ਨੇਬਲ ਫੰਡਿੰਗ ਹੈ ਸੋ ਇਹ ਸਾਰੀਆਂ ਚੀਜ਼ਾਂ ਸੁਣ ਤੋਂ ਬਾਅਦ ਸਾਡੇ ਜਿਹੜੀਆਂ ਬੇਲ ਐਪਲੀਕੇਸ਼ਨਸ ਨੇ ਉਹ ਮਾਨਯੋਗ ਕੋਰਟ ਨੇ ਅਲਾਉ ਕੀਤੀਆਂ ਨੇ ਜਿਵੇਂ ਹੁਣ ਉਹਨਾਂ ਉੱਤੇ ਜਿਹੜੇ ਕਿਹੜੇ ਕੇਸ ਨੇ ਜਿਹੜੇ ਚੱਲ ਰਹੇ ਨੇ ਤੇ ਜਿਵੇਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਸਪੀਚਸ ਦਿੱਤੀਆਂ ਜਾਂਦੀਆਂ ਰਹੀਆਂ ਨੇ ਤੁਸੀਂ ਉਹਨਾਂ ਸਪੀਚਸ ਨੂੰ ਕਿਵੇਂ ਟੈਕਲ ਕਰ ਰਹੇ ਹੋ ਕਿ ਉਹ ਸਪੀਚਸ ਕਿਸ ਸੰਦਰਭ ਦੇ ਵਿੱਚ ਆਈਆਂ ਨੇ ਮੈਂ ਦੱਸਦਾ ਤੁਹਾਨੂੰ ਦੇਖੋ ਹੁਣ ਜਿਵੇਂ ਗੱਲ ਆਪਾਂ ਕਰ ਲੈਣੀ ਆ ਸੋਸ਼ਲ ਮੀਡੀਆ ਦੇ ਉੱਪਰ ਸਪੀਚ ਦੀ ਦੇਖੋ ਇੱਕ ਪ੍ਰੋਵੀਜ਼ਨ ਆਫ ਲਾਅ ਹੈ ਉਹ ਕੀ ਕਹਿੰਦਾ ਹੈ ਜਸਟਿਸ ਨਰੀਮਨ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਫੁੱਲ ਬੈਂਚ ਜੁਡੀਮੈਂਟ ਉਸ ਤੋਂ ਬਾਅਦ ਪੰਡਿਤ rau ਦੀ ਜੱਜਮੈਂਟ ਆਈ ਹੈ ਫੁੱਲ ਬੈਂਚ ਜੱਜਮੈਂਟ ਹੈ ਉਹ ਕੀ ਕਹਿੰਦੇ ਨੇ ਕਿ ਜੇਕਰ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਅੱਜ ਮੈਂ ਵੀ ਇੱਕ ਇਸ ਮਾਮਲੇ ਦੇ ਉੱਪਰ ਮੈਂ ਦੇ ਰਿਹਾ ਸਪੀਚ ਕੱਢੀ ਹੈ ਜੋ ਆਪਾਂ ਇਹਨੂੰ ਇੰਟਰਵਿਊ ਕੱਢੀ ਹੈ ਇਹਦੇ ਵਿੱਚ ਕੀ ਕੀਤਾ ਜਾਂਦਾ ਆਪਾਂ ਕੁਝ ਪਾਰਟ ਆਪਾਂ ਵਿੱਚੋਂ ਆਪਾਂ ਉਸ ਚੀਜ਼ ਨੂੰ ਪੁਟ ਅਪ ਕਰ ਦਿੰਦੇ ਆ ਆਪਾਂ ਉਹਦੇ ਦੇਖੋ ਇਹ ਬਹੁਤ ਇਹ ਵੈਸੇ ਦੇਖਿਆ ਜਾਵੇ ਤਾਂ ਮਿਸਯੂਟ ਮਿਸਯੂਟਾਈਜ਼ ਹੋ ਰਿਹਾ ਪ੍ਰੋਸੈਸ ਉਹਦੇ ਚ ਜਾਂ ਤਾਂ ਤੁਸੀਂ ਸਾਰਾ ਜਿਹੜਾ ਉਹਦਾ ਟੋਟਲ ਵਰਜਨ ਹੈ ਟੋਟਲ ਸਟੇਟਮੈਂਟ ਹੈ ਤੁਸੀਂ ਉਹ ਸ਼ੋਅ ਕਰੋ ਹੁਣ ਜੇ ਆਪਾਂ ਵਿੱਚੋਂ ਇੱਕ ਚੀਜ਼ ਚੌਕਲੀ ਉਹਦੇ ਪਿੱਛੇ ਇਹ ਨਹੀਂ ਪਤਾ ਵੀ ਉਹ ਬੰਦਾ ਕਿਉਂ ਗੱਲ ਕਰ ਰਿਹਾ ਸੀ ਹੁਣ ਉੱਥੇ ਆ ਕੇ ਦੇਖੋ ਆ ਹੁਣੇ ਤੁਸੀਂ ਇਹ ਦੇਖੋ ਵੀ ਇੱਕ 10 ਸਾਲ ਦੇ ਬੱਚੇ ਤੇ ਸੋਸ਼ਲ ਮੀਡੀਆ ਦਾ ਇੱਕ ਸੱਟਾ ਸੀ ਕਿ ਇੱਕ 10 ਸਾਲ ਦੇ ਬੱਚੇ ਤੇ ਤੁਹਾਨੂੰ ਪਤਾ ਉਹ ਆਰਮਜ਼ ਐਟ ਦੇ ਤਹਿਤ ਜਿਹੜੇ ਉਹ ਬੱਚੇ ਨੇ ਹੱਥ 'ਚ ਬੰਦੂਕ ਫੜੀ ਏ ਜੋ ਮੋਸਟਲੀ ਪੰਜਾਬ ਦੇ ਵਿੱਚ ਇਨਸਟੈਂਟਲੀ ਪੁਲਿਸ ਨੇ ਫਟਾਫਟ ਪਰਚੇ ਦੇ ਦਿੱਤੇ ਹੁਣ ਦੇਖੋ ਅੱਜ ਮੇਰੀ ਕਿਸੇ ਨਾਲ ਐਨੀਮੀਟੀ ਹੋਵੇ ਮੰਨ ਲਓ ਇੱਕ ਮਿੰਟ ਲਈ ਮੇਰੀ ਬੰਦਾ ਕੋਈ ਬੰਦਾ ਇੱਕ ਫੋਟੋ ਕ੍ਰੀਏਟ ਕਰੇ ਜਿੱਥੇ ਮੇਰੇ ਹੱਥ ਦੇ ਵਿੱਚ ਕੋਈ ਵੈਪਨ ਫੜਿਆ ਹੈ ਜਿਹੜਾ ਇੱਕ ਪੀ ਬੋਰ ਵੀ ਹੈ ਭਾਵੇਂ ਉਹ ਐਨ ਪੀ ਬੋਰੇ ਭਾਵੇਂ ਪੀ ਬੋਰੇ ਉਹਨੂੰ ਚੁੱਕ ਕੇ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਉਹ ਫੋਟੋ ਪਾ ਦਨੇ ਹੋ ਤਾਂ ਪੁਲਿਸ ਦਾ ਕੰਮ ਕੀ ਬੰਦਾ ਏ ਨਹੀਂ ਵੀ ਫੋਟਾ ਫੋਟੋ ਨੂੰ ਫੋਟੋ ਦੇਖੀ ਤੇ ਮੇਰੇ ਤੇ ਪਰਚਾ ਹੋ ਗਿਆ ਨਹੀਂ ਧਿਕਾਰਤਾ ਇਹੀ ਕੁਛ ਰਹੇ ਨੇ ਹੋਸ਼ਪੁਸ਼ ਮਾਇਨਰਤੀ ਰਹੇ ਨੇ ਪਰ ਭਾਵੇਂ ਪਰਮਾਨਾ ਸਾਹਿਬ ਦਾ ਤੁਸੀਂ ਸਵਾਲ ਪੁੱਛਿਆ ਪ੍ਰੋਵੋਕੇਟਿਵ ਵੀਡੀਓ ਭਾਵੇਂ ਸੋਸ਼ਲ ਮੀਡੀਆ ਦੇ ਉੱਪਰ ਜਿੰਨਾ ਵੀ ਸਿਸਟਮ ਡੇਲੀ ਅਪਲੋਡ ਹੁੰਦਾ ਹੈ ਉਹਦੇ ਤੇ ਮੈਂ ਜਿਹੜੀ ਗੱਲ ਕੀਤੀ ਸੀ ਜਸਟਿਸ ਨਾਰੀਮਨ ਜਸਟਿਸ ਪੰਡਿਤ ਰਾਓ ਫੁੱਲ ਬੈਂਚ ਜੱਜਮੈਂਟਸ ਨੇ ਉਹ ਕਹਿੰਦੀਆਂ ਕਿ 65 ਬੀ ਸਬਕਲੋਜ਼ 4 ਬੜਾ ਕਲੀਅਰ ਹੈ ਕਿ ਇਨ 올 ਸਿਚੁਏਸ਼ਨ ਪ੍ਰੈਜ਼ੀਡੈਂਟ ਤੁਹਾਡੇ ਲਈ ਮੰਡੈਟਰੀ ਹੋਏਗਾ ਸਾਈਬਰ ਕ੍ਰਾਈਮ ਪੰਜਾਬ ਕਾਦੇ ਲਈ ਬਿਠਾਇਆ ਉਹ ਇਸ ਲਈ ਬਿਠਾਇਆ ਹੈ ਕਿ ਪਹਿਲਾਂ ਤੁਸੀਂ ਉਹਦੀ অথেন্টিਕੇਸ਼ਨ ਕਿ ਹਾਂ ਇਹ ਵੀਡੀਓ ਫੋਟੋ ਜੈਨੂਇਨ ਹੈ ਜਾਂ ਨਹੀਂ ਜੈਨੂਇਨ ਇਹਦੇ ਉੱਪਰ ਪਹਿਲਾਂ ਇੱਕ ਆਪਣਾ ਉਹ ਰਿਪੋਰਟ ਦੇਣ ਉਸ ਰਿਪੋਰਟ ਦੇ ਆਧਾਰ ਦੇ ਬੇਸ ਤੇ ਫਿਰ ਇਹ ਫਰਦਰ ਜਿਹੜੀ ਹੈ ਤੁਹਾਡੇ ਤੇ ਕੋਈ ਕਾਰਵਾਈ ਪੈ ਸਕਦੀ ਹੈ ਹੁਣ ਪੁਲਿਸ ਨੇ ਇਹਨੇ ਪੰਜਾਬ ਸਰਕਾਰ ਨੇ ਕੀਤਾ ਕੀ ਇੱਕ 10 ਸਾਲ ਦੇ ਬੱਚੇ ਤੇ ਤਾਂ ਫਟਾਫਟ ਪਰਚਾ ਕਰਤਾ ਜਦੋਂ ਗੱਲ ਫਿਰ ਆਪਣੇ ਪੋਲੀਟੀਕਲ ਲੀਡਰਾਂ ਦੀ ਆਈ ਜਦੋਂ ਉਹ ਸੋਸ਼ਲ ਮੀਡੀਆ ਦੇ ਉੱਪਰ ਪਈ ਕਿਤੇ ਮੰਨ ਲਓ ਕੋਈ ਮਨਿਸਟਰ ਦੀ ਫੋਟੋ ਆ ਗਈ ਕਦੀ ਕਿਸੇ ਦੀ ਫੋਟੋ ਆ ਗਈ ਫਿਰ ਇਹਨਾਂ ਨੂੰ ਇਹ ਲੱਗਿਆ ਵੀ ਹੁਣ ਜੇ ਆਪਾਂ 10 ਸਾਲ ਦੇ ਬੱਚੇ ਤੇ ਪਰਚਾ ਦੇਤਾ ਤਾਂ ਫਿਰ ਪਰਚਾ ਤਾਂ ਹੀ ਲਾਉ ਤਾਂ ਸਾਰਿਆਂ ਲਈ ਬਰਾਬਰ ਹੈ ਉਥੇ ਤਾਂ ਕੋਈ ਰਿਆਤ ਹੈ ਨਹੀਂ ਮੈਂ ਜਿੰਨਾ ਆਪੀ ਸੀ ਸੀ ਆਰ ਪੀ ਸੀ ਪੜ੍ਹਿਆ ਉੱਥੇ ਕਿਤੇ ਨਹੀਂ ਲਿਖਿਆ ਕਿ ਮਨਿਸਟਰ ਲਈ ਕਾਨੂੰਨ ਆਏ ਐ ਐਮ ਐਲ اے ਲਈ ਆਏ ਡੀ ਸੀ ਸਾਹਿਬ ਲਈ ਆਏ ਐਸ ਐਸ ਪੀ ਸਾਹਿਬ ਲਈ ਆਏ ਕਿਤੇ ਨਹੀਂ ਉੱਥੇ ਸ਼ਬਦ ਕੀ ਹੈ 올 ਸਿਟੀਜ਼ਨਸ ਠੀਕ ਹੈ ਸੋ ਉੱਥੋਂ ਆ ਕੇ ਫਿਰ ਇਹਨਾਂ ਨੇ ਤੁਸੀਂ ਕਾੜੋ ਵੀ ਇਹਨਾਂ ਨੂੰ ਲੱਗਿਆ ਵੀ ਹੁਣ ਪਰਚੇ ਉੱਥੇ ਵੀ ਦੇਣੇ ਪੈਣਗੇ ਫਿਰ ਇਮੀਡੀਏਟਲੀ ਮਤਲਬ ਉਹ ਤਿੰਨ ਦਿਨਾਂ ਦੀ ਸਟੇ ਲਾਈ ਸੋ ਮੈਨੂੰ ਇਹ ਲੱਗਦਾ ਵੀ ਐਟ ਲੀਸਟ ਯਾਰ ਜਦੋਂ ਵੀ ਆਪਾਂ ਕੋਈ ਫੈਸਲਾ ਲੈਣੇ ਆ ਸਾਡੀ ਸਰਕਾਰ ਨੂੰ ਦਰਖਾਸਤ ਦੇ ਪਹਿਲਾਂ ਆਪਾਂ ਮਾਮਲੇ ਦੀ ਜਾਂਚ ਕਰੋ ਦੇਖੋ ਜਦੋਂ ਹੁਣ ਆਪਾਂ ਮਾਮਲਾ ਤੇ ਇਹ ਕਰਤਾ ਵੀ ਹਥਿਆਰਾਂ ਵਾਲੇ ਜਿਹੜੇ ਲਾਇਸੈਂਸੀ ਲੋਕ ਸੀ ਆਪਾਂ ਉਹਨਾਂ ਦੀ ਰੀ ਅਸੈਸਮੈਂਟ ਰਿਵਾਈਜ਼ ਕਰਨ ਦਾ ਆਪਾਂ ਸ਼ੁਰੂ ਕਰ ਲਿਆ ਪਹਿਲਾਂ ਪਏ ਜਾਂਚ ਕਰੀਏ ਕਿ ਜਿੰਨੇ ਲਾਇਸੈਂਸ ਹੋਲਡਰ ਲੋਕ ਨੇ ਕਿ ਹੁਣ ਜਿਹੜੀਆਂ ਘਟਨਾਵਾਂ ਵੱਡੀਆਂ ਵਾਪਰੀਆਂ ਨੇ ਪੰਜਾਬ 'ਚ ਕਿ ਉਹਨਾਂ 'ਚ ਕਿਤੇ ਲਾਇਸੈਂਸ ਹੋਲਡਰ ਬੰਦਿਆਂ ਦਾ ਕੋਈ ਹੈਗਾ ਕਿਤੇ ਕੋਈ ਨਹੀਂ ਮਾਮਲੇ ਕਿਹੜੇ ਹੋਏ ਨੇ ਵੱਡੇ ਮਾਮਲੇ ਹੋਏ ਨੇ ਭਾਵੇਂ ਸਿੱਧੂ ਮੂਸੇਵਾਲੇ ਦਾ ਮਾਮਲਾ ਹੈ ਹੋਰ ਮਾਮਲੇ ਪੰਜਾਬ ਦੇ ਵਿੱਚ ਹੋਏ ਨੇ ਭਾਵੇਂ ਉਹ ਆਪਣਾ ਕਾਲੇ ਅੰਬੀਆਂ ਦਾ ਠੀਕ ਹੈ ਸੰਦੀਪ ਕਾਲੇ ਅੰਬੀਆਂ ਵੀਰੇ ਦਾ ਮੈਂ ਗੱਲ ਕਰਦਾ ਕਿ ਇਹ ਜਿਹੜੇ ਮਾਮਲੇ ਨੇ ਇਹਦੇ ਚ ਵੈਪਨਸ ਕੜੇ ਯੂਜ਼ ਹੋਏ ਨੇ ਯੂਜ਼ ਹੋਏ ਨੇ ਰਸ਼ੀਅਨ ਵੈਪਨਸ ਉਹ ਵੈਪਨਸ ਜਿਹੜੇ ਇਲੀਗਲ ਵੈਪਨਸ ਕਹਨੇ ਆ ਯਾਰ ਸਾਨੂੰ ਜਾਂਚ ਕਰਨ ਦੀ ਲੋੜ ਤਾਂ ਸਾਨੂੰ ਉਹ ਇਲੀਗਲ ਵੈਪਨਸ ਦੀ ਸੀਗੀ ਅਸੀਂ ਕੀਤਾ ਕੀ ਉਧਰਲੇ ਪਾਸੇ ਕਾਰਵਾਈ ਪਾਈ ਨਹੀਂ ਜਿਹੜੇ ਲੋਕ ਲਾਇਸੈਂਸ ਹੋਲਡਰ ਹੈਗੇ ਨੇ ਆਪਾਂ ਉਹਨਾਂ ਦੀ ਰੀਐਸਸੈਸਮੈਂਟ ਸ਼ੁਰੂ ਕਰਦੇ ਆ ਸੋ ਮੈਨੂੰ ਲੱਗਦਾ ਵੀ ਐਟਲੀਸਟ ਸਰਕਾਰ ਜਿਹੜਾ ਵੀ ਕੋ ਸਟੈਪ ਲੈਂਦੀ ਏ ਅਸੀਂ ਸਰਕਾਰ ਦੇ ਨਾਲ ਪੰਜਾਬ ਵਾਸੀ ਅਸੀਂ ਸਹਿਯੋਗ ਦੇਣ ਨੂੰ ਤਿਆਰ ਆ ਪਰ ਜਿਹੜੇ ਸਟੈਪ ਲੈਣੇ ਨੇ ਐਟਲੀਸਟ ਸੋਚ ਕੇ ਲੈ ਜਾਣ ਵੀ ਕੱਲ ਨੂੰ ਇਹਨਾਂ ਦਾ ਕੋਈ ਨੈਗੇਟਿਵ ਜਿਹੜਾ ਦੇਖੋ ਹੁਣ ਪਹਿਲਾਂ ਉਹ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਕੀਤੀ ਸੋਸ਼ਲ ਮੀਡੀਆ ਤੇ ਪਈ ਜੀ ਗੱਲੋਂ ਹੋਇਆ ਕਿ ਫਾਈਨਲੀ ਆਪਾਂ ਨੂੰ ਜਿਹਦੇ ਕੋਲ ਚਾਰ ਗਾਰੰਟੀ ਸੀਗੀ ਉਹਨੂੰ ਅੱਠ ਦੇਣੇ ਪਏ ਹੁਣ ਜਿਹੜੇ ਲਾਇਸੈਂਸ ਹੋਲਡਰ ਲੋਕ ਨੇ ਜਿਹਨੂੰ ਆਪਾਂ ਲਾਇਸੈਂਸ ਧਾਰਕ ਕਹਿੰਦੇ ਆ ਆਰਮ ਲਾਇਸੈਂਸ ਉਹ ਲੋਕਾਂ ਨੂੰ ਜੇਕਰ ਤੁਸੀਂ ਉਹਨਾਂ ਦੇ ਉਹਨਾਂ ਦਾ ਨੁਕਸਾਨ ਕੀ ਜੇ ਕਿਤੇ ਵੈਪਨ ਯੂਜ਼ ਹੋ ਗਿਆ ਪੁਲਿਸ ਨੂੰ ਫਟਾਫਟ ਫਾਇਦਾ ਹੈ ਕਿ ਉਹਦਾ ਲਾਇਸੈਂਸ ਟਰੈਕ ਕੀਤਾ ਉੱਥੋਂ ਤੱਕ ਆਪਾਂ ਪਹੁੰਚ ਕਰ ਸਕਦੇ ਹਾਂ ਉਸ ਬੰਦੇ ਦੀ ਰਿਸਪੈਕਟ ਪਾ ਸਕਦੇ ਹਾਂ ਹੁਣ ਜੇਕਰ ਨਹੀਂ ਮਾੜੇ ਅਨਸਰਾਂ ਨੇ ਕੀ ਕਰਨਾ ਹੈ ਤੁਸੀਂ ਕਰ ਦੋ ਕੈਨਸਲ ਉਹ ਕੀ ਕਰਨਗੇ ਜਾ ਕੇ ਆਊਟਰ ਸਟੇਟਾਂ ਤੋਂ ਜਾ ਕੇ ਜਿਹੜੇ ਦੇਸੀ ਕੱਟੇ ਤਮਾਚੇ ਇਹ ਚੀਜ਼ਾਂ ਲਉਣਗੇ ਉਹਦੇ ਨਾਲ ਕੀ ਹੋਏਗਾ ਜਿੱਥੇ ਅਗਲਾ ਯੂਜ਼ ਕਰੇਗਾ ਹਥਿਆਰ ਉੱਥੀ ਸੁੱਟ ਜੂ ਔਰ ਉਸ ਤੋਂ ਬਾਅਦ ਕੀ ਹੋਏਗਾ ਸਾਨੂੰ ਉਹਨੂੰ ਉਹਦੇ ਤੱਕ ਪਹੁੰਚ ਕਰਨ 'ਚ ਵੀ ਸਾਨੂੰ ਜਿਹੜੀ ਪੰਜਾਬ ਪੁਲਿਸ ਨੂੰ ਪ੍ਰੋਬਲਮ ਆਏਗੀ ਸੋ ਮੇ ਵੀ ਐਟ ਲੀਸਟ ਜਦੋਂ ਵੀਕ ਤੁਸੀਂ ਕੋਈ ਕੋਈ ਵੱਡਾ ਆਪਾਂ ਕੋਈ ਸਟੈਪ ਲੈਣਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਤੁਸੀਂ ਕਮੇਟੀ ਕਨਸਟੀਟਿਊਟ ਕਰੋ ਉਹਦੇ ਚ ਤੁਸੀਂ ਕੋਈ ਅ ਕੋਈ ਸਿਵਲ ਦੇ ਕੋਈ ਵੱਡੇ ਸਾਡੇ ਆਫੀਸਰ ਕੋਈ ਮਾਨਯੋਗ ਹਾਈ ਕੋਰਟ ਜਾਂ ਕੋਈ ਮਾਨਯੋਗ ਸੈਸ਼ਨ ਕੋਰਟ ਦੇ ਕੋਈ ਜੁਡੀਸ਼ੀਅਲ ਆਫੀਸਰ ਐਟ ਲੀਸਟ ਉਹਦੇ ਵਿੱਚ ਕੋਈ ਕੋਈ ਇੱਕ ਦੋ ਕੋਈ ਲਾਅਰ ਵੀ ਆਪਾਂ ਰੱਖ ਸਕਦੇ ਹਾਂ ਕੋਈ ਪ੍ਰੋਫੈਸਰਾਂ ਕਦੇ ਲੋਕ ਰੱਖੋ ਕੋਈ 20 ਬੰਤਿਆਂ ਦੇ ਕੋਈ ਐਸਸੀ ਟੀਮ ਬਣਾਓ ਜਿਹੜੀ ਆਪਾਂ ਨੂੰ ਪਹਿਲਾਂ ਉਹਦੇ ਜਿਹੜੇ ਕਨਸੀਕਵੈਂਸਿਸ ਨੇ ਉਹਨਾਂ ਤੋਂ ਅਵੇਅਰ ਕਰਵਾ ਸਕਣ ਵੀ ਇਹਦੇ ਕੱਲ ਨੂੰ ਸਿੱਟੇ ਕੀ ਨਿਕਲ ਸਕਦੇ ਨੇ ਸੋ ਕੁਝ ਇਸ ਤਰ੍ਹਾਂ ਦੇ ਨਾ ਤੁਸੀਂ ਕਿਹਾ ਕਿ ਐਕਸ਼ਨ ਪਹਿਲਾਂ ਹੋ ਜਾਂਦਾ ਇਨਵੈਸਟੀਗੇਸ਼ਨ ਜਿਹੜੀ ਉਸ ਤਰ੍ਹਾਂ ਨਹੀਂ ਹੁੰਦੀ ਇਸੇ ਦੇ ਨਾਲ ਜੁੜਿਆ ਮੇਰਾ ਜਿਹੜਾ ਆਖਰੀ ਸਵਾਲ ਹੈ ਆਖਰੀ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲਾਂ ਕਹਿ ਦਿੱਤੀਆਂ ਨੇ ਢੜਕਾਉ ਬਿਆਨ ਨੇ ਜਾਂ ਇਹ ਕਾਇਦਨ ਜਾਂਦਾ ਕਿ ਵੀ ਦੇਸ਼ ਵਿਰੋਧੀ ਤਾਕਤਾਂ ਨਾਲ ਸੰਬੰਧ ਨੇ ਭਾਈ ਪਰਵਾਨਾ ਜੀ ਉਹਨਾਂ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਤਾਂ ਇਹ ਚੀਜ਼ਾਂ ਕਿਵੇਂ ਸਾਬਤ ਹੋ ਸਕਦੀਆਂ ਨੇ ਕਿ ਇਹਨਾਂ ਦੇ ਸੰਬੰਧ ਹੈ ਜਾਂ ਨਹੀਂ ਹੈ ਦੇਖੋ ਮੈਂ ਤੁਹਾਡੀ ਗੱਲ ਦਾ ਮੈਂ ਜਵਾਬ ਇਹ ਦੇਣਾ ਚਾਹੁੰਦਾ ਕਿ ਜਿਹੜੇ ਆਪਾਂ ਕਹਿੰਿਆ ਕਿ ਕਿਸੇ ਬਾਹਰਲੀਆਂ ਏਜੰਸੀਆਂ ਦੇ ਨਾਲ ਸਬੰਧ ਨਹੀਂ ਸਵਾਲ ਤੁਹਾਡਾ ਫਿਰ ਤੁਸੀਂ ਬਹੁਤ ਵਧੀਆ ਜਿਹਾ ਸਵਾਲ ਪੁੱਛਿਆ ਨੇ ਮਤਲਬ ਮੈਨੂੰ ਲੱਗਦਾ ਹੈ ਦੇਖੋ ਜਿਹੜੀਆਂ ਬਾਹਰਲੀਆਂ ਏਜੰਸੀਆਂ ਨੇ ਮੈਂ ਇੱਥੇ ਆ ਕੇ ਜ਼ਰੂਰ ਤੁਹਾਡੇ ਚੈਨਲ ਦੇ ਰਾਈਆਂ ਗੱਲ ਕਹਿ ਦੇਣਾ ਚਾਹੁੰਦਾ ਕਿ ਸਾਡੇ ਕੋਲ ਹੁਣੀ ਵੀਰ ਜੀ ਇੱਕ ਮਾਮਲਾ ਆਇਆ ਆ ਮੇਨੋ ਦਾ ਇਸ ਹਫਤੇ ਹੀ ਜੀ ਚਾਰ ਭੈਣਾਂ ਦਾ ਇੱਕ ਭਰਾ ਹੈ ਛੋਟਾ ਹੈ ਹਜੇ ਅਨਮੈਰਿਡ ਹੈ ਅਫੈਂਸ ਕੀ ਬੱਚੇ ਤੇ ਅਫੈਂਸ ਇਸ ਗੱਲ ਦਾ ਹੈ ਕਿ ਜੀ ਉਹਨੇ ਫਟੇਗੜ ਸਬ ਮੋਹਾਲੀ ਰੋਪੜ ਉਹਨੇ ਪੋਸਟਰ ਲਾਏ ਨੇ ਰੈਫਰੈਂਡਮ 2020 ਮੈਂ ਨਾਮ ਨਹੀਂ ਲੈਣਾ ਠੀਕ ਹੈ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹਨੇ ਇਸ਼ਤਿਹਾਰ ਵੀ ਲਾਏ ਨੇ ਤੇ ਉਹਨੇ ਕੁਝ ਇਹ ਜਿਹਾ ਮਟੀਰੀਅਲ ਵੰਡਿਆ ਜਿਹਦੇ ਚ ਅੱਗੇ ਕਿਸਾਨੀ ਵੱਲੋਂ ਮਾਮਲੇ ਖੜੇ ਕੀਤੇ ਨੇ ਪਰ ਪਿੱਛੇ ਉਹਦੇ ਜਿਹੜੇ ਨੇ ਉਹ ਕੁਝ ਰੈਫਰੈਂਡਮ 2020 ਦੇ ਵੀ ਕਈ ਚੀਜ਼ਾਂ ਨੇ ਹੁਣ ਮੈਂ ਮਾਨਯੋਗ ਕੋਰਟ ਦੇ ਵਿੱਚ ਅਸੀਂ ਇੱਕ ਵੱਡਾ ਇੱਕ ਮੈਂ ਇੱਕ ਸਵਾਲ ਖੜਾ ਕੀਤਾ ਮੈਂ ਕਿਹਾ ਜੀ ਵੀ ਜਿਹੜਾ ਬੱਚੇ ਨੇ ਇਹ ਇਹ ਜਿਹੜਾ ਜਿਹੜਾ ਵੰਡਿਆ ਹੈ ਜਾਂ ਤੁਸੀਂ ਕਹੋ ਇਸ਼ਤਿਹਾਰ ਜਿਹੜੇ ਨੇ ਉਹ ਪੇਸਟ ਕੀਤੇ ਨੇ ਕੀ ਕਦੀ ਤੁਸੀਂ ਮੈਨੂੰ ਇਹ ਦੱਸੋ ਜਿੰਨੇ ਆਪਣੇ ਘਰੇ ਸਵੇਰੇ ਅਖਬਾਰਾਂ ਸੁੱਟਣ ਵਾਲੇ ਘਰੇ ਹੁੰਦੇ ਨੇ ਕੀ ਕਦੀ ਉਹਨੇ ਅਖਬਾਰ ਸੁੱਟਣ ਵਾਲੇ ਨੇ ਪਹਿਲਾਂ ਸਵੇਰੇ ਸਾਰਾ ਅਖਬਾਰ ਕਦੀ ਪੜਿਆ ਨਹੀਂ ਮੈਂ ਇੱਕ ਸਵਾਲ ਹੈ ਕੀ ਅਖਬਾਰ ਸੁੱਟਣ ਵਾਲੇ ਬੰਦੇ ਨੇ ਕਦੀ ਸਾਰਾ ਅਖਬਾਰ ਸੁੱਟਿਆ ਉਹਨੂੰ ਕੀ ਪਤਾ ਹੈ ਵੀ ਅਖਬਾਰ ਦੇ ਵਿੱਚ ਕਿਹੜਾ ਮਟੀਰੀਅਲ ਗਲਤ ਸੀ ਜਿਹੜਾ ਮੈਂ ਕਿਸੇ ਦੇ ਘਰੇ ਸੁੱਟ ਗਿਆ ਇੱਕ ਵੱਡਾ ਸਵਾਲ ਹੈ ਔਰ ਦੂਜੀ ਗੱਲ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਈ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਇੱਕ ਜਿਹੜੇ ਵਿਚਾਰੇ ਪਿੰਡਾਂ ਦੇ ਬੱਚੇ ਆ ਸਾਡੇ ਜਿਹੜੇ ਬੱਚੇ ਬੇਰੁਜ਼ਗਾਰ ਨੇ ਉਹਨਾਂ ਨੂੰ 1000 ਰੁਪਏ ਦਿਹਾੜੀ ਮੰਨ ਲਓ ਉਹਨਾਂ ਨੇ ਰੱਖ ਲਿਆ ਹੁਣ ਉਹ ਕੁਛ ਬੱਚੇ ਉਹ ਨੇ ਜਿਹੜੇ ਵਿਚਾਰੇ ਕੋਈ 7ਵੀਂ ਫੇਲੇ ਕੋਈ 10ਵੀਂ ਫੇਲੇ ਕੋਈ 12ਵੀਂ ਫੇਲੇ ਨੇ ਇਹਜ ਸਾਡੇ ਕੋਲ ਰੂਟੀਨ ਚ ਕੇ ਸਾਰੇ ਨੇ ਉਹਨਾਂ ਬੱਚਿਆਂ ਨੂੰ 1000 ਰੁਪਏ ਦਾ ਲਾਲਚੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਮਾਮਲਾ ਕੀ ਹੈ ਹੁਣ ਉਥੇ ਆ ਕੇ ਪੁਲਿਸ ਨੇ ਕੀ ਕੀਤਾ ਸਿੱਧੇ ਤੌਰ ਤੇ ਉਹਨਾਂ ਤੇ ਯੂਏਪੀਏ ਜਿਹੜੀ ਯੂਆਪਾ ਹੈ ਉਹਦਾ ਪ੍ਰੋਵੀਜ਼ਨ ਪਾਤਾ ਹੁਣ ਜਿੱਥੇ ਆ ਕੇ ਯੂਆਪਾ ਲੱਗਿਆ ਉਥੇ ਆ ਕੇ ਸਾਡੇ ਵਾਸਤੇ ਬੀਇੰਗ ਲਾਇਰ ਕੀ ਦਿੱਕਤ ਹੈ ਕਿ ਯੂਆਪਾ ਪੜ ਕੇ ਸਾਨੂੰ ਥਰੜੀਆਂ ਕੋਟਾਂ ਡਬਲ ਬੈਂਚ ਮਾਨਜੋਗ ਹਾਈ ਕੋਰਟ ਚ ਬੈਠੇ ਨੇ ਉੱਥੇ ਆ ਕੇ ਹਰੇਕ ਭਾਵੇਂ ਸਾਡੇ ਜੁਡੀਸ਼ੀਅਲ ਅਫੀਸਰ ਨੇ ਉਹ ਬੇਲ ਕਰਨ ਤੋਂ ਪਹਿਲਾਂ 100 ਵਾਰੀ ਵਿਚਾਰਦੇ ਨੇ ਪਰ ਮੈਂ ਬਰਖਾਸਤ ਕਰਨੀ ਜਾਵਾਂਗਾ ਕਿ ਸਾਡੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਸ਼ਾਂਤਮਈਏ ਮੈਂ ਬਾਹਰਲੀ ਏਜੰਸੀਆਂ ਨੂੰ ਵੀ ਜਾਂ ਤਾਂ ਦੇਖੋ ਜਿਹੜੇ ਬਾਹਰਲੀ ਏਜੰਸੀਆਂ ਦੇ ਲੋਕ ਨੇ ਉਹ ਜੇਕਰ ਇਹੀ ਕਾਰਵਾਈਆਂ ਕਰਨੀਆਂ ਨੇ ਤਾਂ ਉਹ ਆਪ ਆ ਕੇ ਕਰਨੋ ਜੇ ਤੁਸੀਂ ਇਹ ਸਮਝਦੇ ਜੇ ਨਾ ਵੀ ਅਸੀਂ ਇੱਥੋਂ ਇੱਕ ਵਿਚਾਰੇ ਜਿਹੜੇ ਬੇਰੁਜ਼ਗਾਰ ਬੱਚੇ ਨੇ ਅਸੀਂ ਉਹਨਾਂ ਨੂੰ 10000 ਰੁਪਿਆ ਦੇ ਕੇ ਤੇ ਅਸੀਂ ਕਰ ਦਨੇ ਆ ਦੋ ਦੋ ਸਾਲ ਤੋਂ ਬੱਚੇ ਅੰਦਰ ਨੇ ਪਰਿਵਾਰ ਚਿੱਕਾ ਮਾਰਦੇ ਨੇ ਸੋ ਮੇਰਾ ਇੱਕ ਦਰਖਾਸਤੇ ਵੀ ਦੇਖੋ ਪੰਜਾਬ ਦੇ ਵਿੱਚ ਖੇਡਾਂ ਲਈ ਤੁਸੀਂ ਡਿਵੈਲਪਮੈਂਟ ਕਰਾਓ ਤੁਸੀਂ ਪੰਜਾਬ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਕੋਈ ਵੇਖੋ ਆਪਣੇ ਇਸ ਟਾਈਮ ਜੇ ਦੇਖਿਆ ਜਾਵੇ ਜਿਹੜੇ ਜੁਡੀਸ਼ੀਅਲ ਆਫੀਸਰ ਨੇ ਆਈਪੀਐਸ ਲੋਬੀ ਹੈ ਆਈਐਸ ਲੋਬੀ ਹੈ ਪਿੱਛੇ ਜੇ ਮੈਂ ਕਿਸੇ ਆਫੀਸਰਸ ਦੇ ਨਾਲ ਬੈਠਾ ਤਾਂ ਮੈਨੂੰ ਉਸ ਸਮੇ ਬੜੀ ਦੁੱਖ ਮੈਨੂੰ ਉਸ ਸਮੇ ਲੱਗਿਆ ਕਿ ਜਿਹੜੀ ਹੁਣ ਇੱਕ ਲੇਟੈਸਟ ਜਿਹੜੀਆਂ ਜਿਹੜੀਆਂ ਲਿਸਟਾਂ ਆ ਰਹੀਆਂ ਨੇ ਆਈਐਸਆਈਪੀਐਸ ਆਫੀਸਰਜ਼ ਦੀ ਉਹਦੇ ਵਿੱਚ ਸਾਡੇ ਪੰਜਾਬ ਦੀ ਨਮਾਇੰਦਗੀ ਖਤਮ ਹੋ ਚਲੀ ਏ ਕਿਉਂਕਿ ਰੀਜ਼ਨ ਕੀ ਇਹ ਬੱਚੇ ਤਾਂ ਬਾਹਰ ਚਲੇ ਚਲੇ ਨੇ ਹੁਣ ਜਿੱਥੇ ਸਾਡਾ ਕੋਈ ਪੰਜਾਬ ਦਾ ਆਈਐਸ ਆਈਪੀਐਸ ਨਹੀਂ ਰਹੇਗਾ ਦੇਖੋ ਜਿਹੜੀ ਵੱਡੀ ਬਿਊਰੋਕ੍ਰੇਸੀ ਏ ਵੱਡੇ ਫੈਸਲੇ ਐਮ ਫੈਸਲੇ ਉਹਨਾਂ ਨੇ ਲੈਣੇ ਨੇ ਸਾਡੀ ਮਾਨਯੋਗ ਇਸ ਟਾਈਮ ਲਗਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਇਸ ਟਾਈਮ ਹੈ ਨਹੀਂ ਇੱਕ ਵੱਡਾ ਸਵਾਲ ਏ ਮਾਨਯੋਗ ਹਾਈ ਕੋਰਟ ਦੇ ਵਿੱਚ ਜ਼ਰੂਰ ਨੇ ਪਰ ਸੁਪਰੀਮ ਕੋਰਟ ਦੇ ਵਿੱਚ ਇਸ ਟਾਈਮ ਸਿੱਖ ਜੱਜ ਦਾ ਚਿਹਰਾ ਨਹੀਂ ਸੋ ਮੈਂ ਆਪਣੇ ਬੱਚਿਆਂ ਨੂੰ ਦਰਖਾਸਤ ਕਰਾਂਗਾ ਵੀ ਆਪਾਂ ਸਾਰੇ ਰਲ ਕੇ ਪੰਜਾਬ ਦੇ ਵਿੱਚ ਮੈਂ ਇਕੱਲੇ ਸਿੱਖ ਬੱਚਿਆਂ ਨੂੰ ਨਹੀਂ ਸਾਰੇ ਜਿਹੜੇ ਯੂਥ ਹੈ ਸਾਡਾ ਪੰਜਾਬ ਦਾ ਉਹ ਸਾਰਾ ਸਾਡਾ ਹੈ ਸੋ ਉਹਨਾਂ ਨੂੰ ਦਰਖਾਸਤ ਕਰਾਂਗਾ ਵੀ ਆਪਾਂ ਜਦੋਂ ਵੀ ਕੋ ਤੁਹਾਨੂੰ ਕੋਈ ਬੰਦਾ ਕੋਈ ਫੋਨ ਕਰਦਾ ਜਾਂ ਤੁਹਾਨੂੰ ਕੋਈ ਕਹਿੰਦਾ ਕਿ ਯਾਰ ਤੁਸੀਂ ਇਸ ਕੰਮ ਨੂੰ ਕਰ ਲਓ ਐਟ ਲੀਸਟ ਜੇਕਰ ਤੁਸੀਂ ਆਪ ਇੰਨੀ ਸੁੱਧ ਬੋਧ ਨਹੀਂ ਰੱਖਦੇ ਤਾਂ ਕਿਸੇ ਕਿਸੇ ਵੀ ਲਾਇਰ ਤੋਂ ਜਾਂ ਕਿਸੇ ਸਿਆਣੇ ਬੰਦੇ ਤੋਂ ਜਾ ਕੇ ਤੁਸੀਂ ਸਲਾਹ ਲਵੋ ਔਰ ਫਰਦਰ ਇਹ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਾਂ ਏਟਲੀਸਟ ਆਪਾਂ ਐਜੂਕੇਟ ਕਰਨ ਦਾ ਸਮਾਂ ਹੈ ਉਹਨਾਂ ਨੂੰ ਆਪਾਂ ਸਹੀ ਐਜੂਕੇਟ ਕਰੀਏ ਤਾਂ ਜੋ ਪੰਜਾਬ ਦਾ ਜਿਹੜਾ ਯੂਥ ਹੈ ਉਹ ਸਾਨੂੰ ਪੰਜਾਬ ਨੂੰ ਚੰਗੇ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕੇ ਅਨਵਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤਾਂ ਕੁਮਨ ਸਾਹਿਬ ਨਾਲ ਗੱਲਬਾਤ ਕੀਤੀ ਹੈ ਉਹ तमाम ਪਹਿਲੂਆਂ ਦੇ ਉੱਤੇ ਉਹਨਾਂ ਨੇ ਚਾਨਣਾ ਪਾਇਆ ਜਿਹੜੇ ਵਰਜਿੰਦਰ ਸਿੰਘ ਪਰਵਾਨਾ ਦੇ ਕੇਸ ਦੇ ਨਾਲ ਸੰਬੰਧਿਤ ਨੇ ਅਤੇ ਇਹ ਉਹ तमाम ਪਹਿਲੂ ਨੇ ਜਿਹੜੇ ਇਕੱਲੇ ਵਰਜਿੰਦਰ ਸਿੰਘ ਪਰਵਾਨਾ ਦੇ ਕੇਸ ਦੇ ਨਾਲ ਸੰਬੰਧਿਤ ਨਹੀਂ ਹੈਗੇ तमाम ਨੌਜਵਾਨਾਂ ਦੇ ਨਾਲ ਸੰਬੰਧਿਤ ਨੇ ਜਿਹੜੇ ਅਜੋਕੇ ਦੌਰ ਦੇ ਵਿੱਚ ਜਾਂ ਤਾਂ ਜੇਲਾ ਕੱਟ ਰਹੇ ਨੇ ਜਾਂ ਅਜਿਹੇ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਬੜੀ ਅਹਿਮ ਜਾਣਕਾਰੀ ਕੁਮਨ ਸਾਹਿਬ ਤੋਂ ਮਿਲੀ ਹੋਊਗੀ ਤਾਂ ਬਣੇ ਰਹੋ ਪੰਜਾਬ ਕੇ ਟੀਵੀ ਦੇ ਨਾਲ ਕੈਮਰਾਮੈਨ ਸਹਿਯੋਗੀ ਕਮਰ ਦੇ ਨਾਲ ਮੈਂ ਮਨਦੀਪ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ